ਜਾਸੀ ਦੇਖ ਰਹੇ ਤੁਸੀਂ ਮੈਂ ਕਿ ਪੀਐਸਸੀ ਗਾਜ ਦਾ ਮੁੱਦਾ ਵੇ ਤੁਹਾਡਾ ਸਭ ਦਾ ਸੁਆਤ ਕਰਦਾ ਹੈ ਮੁੱਦਾ ਇਹਦਾ ਉਹ ਹੈ ਕਿ ਜਿਸ ਵਿੱਚ ਨਵਜੋਤ ਸਿੰਘ ਸਿੱਧੂ ਫਿੱਟ ਬੈਠ ਤੇ ਪਏ ਆ ਕੈਪਟਨ ਰਣਜੀਤ ਸਿੰਘ ਫਿੱਟ ਬੈਠ ਤੇ ਪਏ ਆ ਪਰ ਪੰਜਾਬ ਫਿੱਟ ਬੈਠ ਤੱਕ ਨਹੀਂ ਬੈਠਦਾ ਮੁੱਦਾ ਇਹ ਹੈਗਾ ਨਵਜੋਤ ਸਿੰਘ ਸਿੱਧੂ ਜੋਦੇ ਪ੍ਰਧਾਨ ਬਣ ਰਿਹਾ ਨਵੀਂ ਟੀਮ ਆਪਦੀ ਬਣਾ ਰਿਹਾ ਵਿਸਥਾਰ ਕਰਦੇ ਪਿਆ ਕਦੇ ਆਦੇ ਸਲਾਹਕਾਰ ਲਾ ਲੈਂਦੇ ਆ ਪਹਿਲਾਂ ਚਾਰ ਪ੍ਰਧਾਨ ਮਿਲੇ ਸੀ ਕਿ ਫਿਰ ਚਾਰ ਸਲਾਹਕਾਰ ਲਾ ਲੈ ਉਹਨਾਂ ਵਿੱਚੋਂ ਇੱਕ ਸਲਾਹਕਾਰ ਨਿਯੁਕਤੀ ਠੁਕਰਾ ਦਿੰਦਾ ਉਸ ਤੋਂ ਬਾਅਦ ਉਹਨੂੰ ਕਰੇ ਮਨਾਉਣ ਜਾਂਦੇ ਆ ਉਸ ਤੋਂ ਬਾਅਦ ਉਹ ਮੀਡੀਆ ਐਡਵਾਈਸਰ ਲਾ ਲਿੱਤੇ ਜਾਂਦੀ ਹੈ ਨਵ ਸਿੱਧੂ ਦੀ ਨਵੀਂ ਟੀਮ ਹੈ ਜਿਹੜੀ ਉਹ ਕਿਹੜਾ ਨਿਸ਼ਾਨਾ ਤੈਅ ਕਰ ਰਹੀ ਹੈ ਸਵਾਲ ਇਹੀ ਹੈ ਬੜਾ ਮਹੱਤਵਪੂਰਨ ਤੇ ਇਸ ਮਹੱਤਵਪੂਰਨ ਸਵਾਲ ਦੇ ਵਿੱਚ ਆਲੇ ਜਿਹੜੇ ਉਹਨਾਂ ਦੇ ਇੱਕ ਸਲਾਹਕਾਰ ਹੈ ਉਹ ਵਿਵਾਦਾਂ ਵਿੱਚ ਘਿਰਦੇ ਜਾ ਰਿਹਾ ਹੈ ਉਹਨਾਂ ਦੀਆਂ ਪੋਸਟਰਾਂ ਤੇ ਵਿਵਾਦ ਛਿੜਦੇ ਪਏ ਆ ਤੇ ਜਿਹੜੀ ਵਿਰੋਧ ਧਿਰਾਂ ਹੈਗੀਆਂ ਉਹ ਇਸ ਤਰੀਕੇ ਨਾਲ ਪ੍ਰਚਾਰ ਕਰਦੀਆਂ ਪਈਆਂ ਤੇ ਪ੍ਰੋਟੈਸਟ ਵੀ ਨਵ ਸਿੱਧੂ ਦੇ ਘਰ ਦੇ ਬਾਹਰ ਕੀਤੇ ਜਾ ਰਹੇ ਆ ਇਹਨਾਂ ਸਵਾਲਾਂ ਦੇ ਵਿਚਾਲੇ ਅਸੀਂ ਵੱਡਾ ਸਵਾਲ ਇੱਕੋ ਪੁੱਛਾਂਗੇ ਸਿੱਧੂ ਦੇ ਸਲਾਹਕਾਰ ਕਿਹੜਾ ਏਜੰਡਾ ਕਰ ਰਹੇ ਨੇ ਧਿਆਰ ਆਇਦਾ ਮੁੱਦਾ ਕੀ ਹੈ ਪ੍ਰਧਾਨ ਸਿੱਧੂ ਦੀ ਨਵੀਂ ਟੀਮ ਪਹਿਲਾਂ ਪੁਆਇੰਟਰ ਤੁਹਾਨੂੰ ਫਟਾਫੜ ਦੱਸ ਦਿੱਤੀ ਉਸ ਤੋਂ ਬਾਅਦ ਅਸੀਂ ਚਰਚਾ ਸ਼ੁਰੂ ਕਰਾਂਗੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਯੂਸ ਸਿੱਧੂ ਦੀ ਨਵੀਂ ਟੀਮ ਤੇ ਚਰਚਾ ਲਗਾਤਾਰ ਹੋ ਰਹੀ ਹੈ ਚਾਰਜ ਕਾਰਜਕਾਰੀ ਪ੍ਰਧਾਨ ਲਾਇਆ ਹੈ ਚਾਰ ਸਲਾਹਕਾਰ ਲਾਤੇ ਦੋ মিডিਆ ਐਡਵਾਈਜ਼ਰ ਲਾਤੇ ਸਿੱਧੂ ਦੇ ਸਿਆਸੀ ਚੋਕ ਕੇ ਮੰਨੇ ਜਾ ਰਿਹਾ ਚਾਰ ਕਾਰਜਕਾਰੀ ਪ੍ਰਧਾਨ ਚਾਰ ਸਲਾਹਕਾਰ ਕਹਿੰਦੇ ਇਹਨਾਂ ਚੋਕਿਆਂ ਵਿੱਚ ਹੋਈ ਛੱਕਾ ਮਾਰਨਗੇ ਸਿਕਸਰ ਮਾਰਨਗੇ ਸਿੱਧੂ ਕਿਹੜਾ ਛੱਕਾ ਮਾਰਨਗੇ ਪੰਜਾਬ ਦੇ ਲਈ ਉਹ ਕਿੰਨਾ ਬੈਨੀਫੀਸ਼ੀਅਰੀ ਹੋਊਗਾ ਸਵਾਲੇ ਵੀ ਹੈਗਾ ਸਲਾਹ ਕਰਦਾ ਉਹਦਾ ਠਕਰਉਣ ਵਾਲੇ ਮੁਹੰਮਦ ਮੁਸਤਫਾ ਜਿਹੜੇ ਸਾਬਕਾ ਡੀਜੀਪੀ ਨੇ ਉਹਨਾਂ ਨੂੰ ਸਿੱਧੂ ਨੇ ਕਰੇ ਜਾ ਕੇ ਮਨਾ ਲਿਆ ਤੇ ਚਿੱਠੀ ਸੌਂਪ ਦਿੱਤੀ ਹੈ ਤੇ ਚਿੱਠੀ ਵਿੱਚ ਉਹਦਾ ਹੀ ਬਤਾ ਦਿੱਤਾ ਮਾਲਵੀਨ ਸਿੰਘ ਮਾਲੀ ਦੇ ਕਸ਼ਮੀਰ ਅਤੇ ਤਾਲੀਬਾਨ ਵਾਲੀਆਂ ਪੋਸਟਾਂ ਤੇ ਸਿੱਧੂ ਨੂੰ ਕਿਰਿਆ ਗਿਆ ਇਹ ਕਿਹਾ ਜਾ ਰਿਹਾ ਕਿ ਮਾਲਵੀਨ ਸਿੰਘ ਮ ਦੀਤੀ ਹੈ ਕਾਂਗਰਸ ਦੇ ਲੀਡਰ ਹੈ ਉਹ ਬਿਆਨ ਦੇਣ ਕਿਉਂ ਨਹੀਂ ਬੋਲਦੇ ਪਏ ਵਿਰੋਧੀਆਂ ਨੇ ਰੋਸ ਮਜਾਰੇ ਕੀਤੇ ਹੈ ਕਾਂਗਰਸ ਵਿੱਚ ਉਚਾਲੇ ਫਸੀ ਹੋਈ ਹੈ ਬਿਆਨਾਂ ਤੋਂ ਪੱਲਾ ਵੀ ਛਾੜਦੀ ਪਈ ਹੈ ਤੇ ਇਹ ਵੀ ਕਹਿੰਦੀ ਪਈ ਹੈ ਕਿ ਸਿੱਧੂ ਸਾਹਿਬ ਨੂੰ ਇੰਤੇ ਬੋਲਣਾ ਚਾਹੀਦਾ ਕਦੋਂ ਬੋਲਣਗੇ ਸਵਾਲ ਇਹੀ ਹੈ ਪੰਜਾਬ ਦੇ ਮੁੱਦਿਆਂ ਤੇ ਸਲਾਹ ਲੈਣ ਦਾ ਹਵਾਲਾ ਦੇ ਕੇ ਸਿੱਧੂ ਨੇ ਇਹ ਸਾਰੀਆਂ ਨਿਯੁਕਤੀਆਂ ਕੀਤੀਆਂ ਨਿਰਵਰਸ ਸਿੱਧੂ ਦੇ ਫੈਸਲਿਆਂ ਦੇ ਵਿਚਾਲੇ ਕਾਂਗਰਸ ਚ ਵਿਰੋਧੀ ਸਿਰ ਸੁਰ ਜਿਹੜੇ ਉਹ ਲਗਾਤਾਰ جاری ਆ ਪਰ ਇਸ ਵਿਚਾਲੇ ਕੈਪਟਨ ਰਿੰਦ ਸਿੱਤੇ ਨਾਲ ਨਿਯੋਸਨ ਸਿੱਧੂ ਦੀ ਮੁਲਾਕਾਤ ਹੁੰਦੀ ਹੈ ਇੱਕ ਅਜੰਡਾ ਤੈਅ ਹੁੰਦਾ ਕਿ ਹੁਣ ਇਕੱਠੇ ਜਿਹੜਾ ਤਾਲਮੇਲ ਆ ਉਹ ਰੱਖ ਕੇ ਕੰਮ ਕੀਤਾ ਜਾਏਗਾ ਉਥੇ ਬੈਠਾ ਜਾਏਗਾ ਲੋਕਾਂ ਦੀਆਂ ਗੱਲਾਂ ਸੁਣੀਆਂ ਜਾਣਕੀਆਂ ਕਾਂਗਰਸ ਦੇ ਕਾਰਕੁਨਾਂ ਜਿਹੜੇ ਉਹਨਾਂ ਦੀ ਗੱਲਬਾਤ ਸੁਣੀ ਜਾਵੇਗੀ ਇਹ ਨਿਯੋਸਨ ਸਿੱਧੂ ਦੇ ਦਬਾਅ ਦਾ ਨਤੀਜਾ ਮੰਨਿਆ ਜਾ ਰਿਹਾ ਸਿਆਸੀ ਜਾਣਕਾਰਾਂ ਦੀ رائے ਹੈ ਕਿ ਕੈਪਟਨ ਦੇ ਬਰਾਬਰ ਪਾਵਰ ਸੈਂਟਰ ਦੀ ਦੌੜ ਹੈ ਕਿ ਇਹਨਾਂ ਸਾਰੇ ਮੁੱਦਿਆਂ ਤੇ ਚਰਚਾ ਕਰਨ ਦੀ ਜ਼ਰੂਰਤ ਹੈ ਕਿ ਤੇ ਇਸ ਲਈ ਖਾਸ ਮਹਿਮਾਨ ਸਾਡੇ ਮੌਜੂਦ ਹੈ ਕਿ ਨਿਯੋਸਨ ਸਿੱਧੂ ਦੇ ਨਵੇਂ ਸਲਾਹਕਾਰ ਮਾਲਮਿੰਦਰ ਸਿੰਘ ਮਾਲੀ ਅਕਸਰ ਤੁਸੀਂ ਇਹਨਾਂ ਨੂੰ ਕ੍ਰਿਟੀਕਲ ਕਮੈਂਟੇਟਰ ਦੇ ਤੌਰ ਤੇ ਸਾਡੀਆਂ ਡਿਬੇਟਸ ਵਿੱਚ ਦੇਖਦੇ ਰਹੇ ਹੋ ਪਰ ਹੁਣ ਸਲਾਹਕਾਰ ਦੇ ਤੌਰ ਤੇ ਬੈਠੇ ਨੇ ਤੇ ਇਹਨਾਂ ਦਾ ਲੰਮਾ ਤਜਰਬਾ ਇਹ ਅਧਿਆਪਨ ਖੇਤਰ ਵਿੱਚ ਰਿਹਾ ਇਸ ਤੋਂ ਇਲਾਵਾ ਇੱਕ ਅਖਬਾਰ ਦੇ ਸੰਪਾਦਕ ਵੀ ਰਹੇ ਆ ਤੇ ਜਿਹੜਾ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਆ ਪੰਜਾਬ ਸਰਕਾਰ ਦਾ ਉਹਦੇ ਵਿੱਚ ਵੀ ਇਹਨਾਂ ਨੇ ਲੰਮਾ ਸਮਾਂ ਕੰਮ ਕੀਤਾ ਤੇ ਮਿਸਟਰ ਟੋੜਾ ਦੇ ਬੜੇ ਨਜ਼ਦੀਕੀ ਰਹੇ ਆ ਤੇ ਇਹਨੂੰ ਦੋਸਤ ਹੁਣ ਇਹਨਾਂ ਦੇ ਬੜੇ ਗੋਣਗਾਂਡ ਗਾਉਂਦੇ ਆ ਘਰੇ ਵੀ ਆਏ ਆ ਤੇ ਕਹਿੰਦੇ ਮਾਲੀ ਸਾਹਿਬ ਸਾਡੇ ਸਲਾਹਕਾਰ ਬਣ ਜਾਓ ਤੇ ਮਾਲੀ ਸਾਹਿਬ ਸਾਡੇ ਨਾਲ ਬੈਠੇ ਸਤਿ ਸ੍ਰੀ ਅਕਾਲ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਮਾਲੀ ਸਾਹਿਬ ਸਿੱਧਾ ਸਵਾਲ ਤੇ ਆਉਂਗਾ ਉਸ ਤੋਂ ਬਾਅਦ ਮੈਂ ਪੰਜਾਬ ਦੀ ਗੱਲ ਕਰੂੰਗਾ ਉਸ ਤੋਂ ਬਾਅਦ ਸਿੱਧੂ ਸਾਹਿਬ ਦੀ ਗੱਲ ਕਰੂੰਗਾ ਤੁਸੀਂ ਕਿਉਂ ਇਹ ਜੀਆਂ ਪੋਸਟਾਂ ਪਾਈ ਜਾਂਦੇ ਤੁਹਾਡੇ ਤੇ ਸਵਾਲ ਬੜੇ ਉੱਠਦੇ ਪਏ ਤੁਹਾਡੇ ਤੁਹਾਡੇ ਖਿਲਾਫ ਪ੍ਰੋਟੈਸਟ ਬਹੁਤ ਹੋ ਰਿਹਾ ਮਾਲੀ ਸਾਹਿਬ ਕੀ ਕੀ ਗੱਲ ਕੀ ਹੈ ਕਿਉਂ ਇਹੋ ਜੀਆਂ ਪੋਸਟਾਂ ਪਾ ਰਹੇ ਤੁਸੀਂ ਵਿਵਾਦਤ ਪੋਸਟਾ ਕਿਹਾ ਜਾ ਰਿਹਾ ਇਹਨਾਂ ਨੂੰ ਆ ਪਈਆਂ ਮੇਰੇ ਕੋਲ ਪੋਸਟਾ ਉਹ ਚਾਹੁੰਦੇ ਨੇ ਕਿ ਇਸ ਧਰਤ ਤੇ ਕੋਈ ਫੁੱਲ ਨਾ ਖੜੇ ਜੋ ਖੜੇ ਬਸ ਉਹਨਾਂ ਦੀ ਕਣਸ ਦੀ ਸਜਾਵਟ ਬਣੇ ਉਹ ਚਾਹੁੰਦੇ ਨੇ ਕਿ ਇਸ ਧਰਤ ਜੋ ਉੱਠੇ ਬਸ ਉਹਨਾਂ ਦੀ ਹੀ ਹਾਮੀ ਭਰੇ ਇਹ ਸੋਚ ਬੁਨਿਆਦੀ ਤੌਰ ਤੇ ਜਮਹੂਰੀਅਤ ਦੇ ਖਿਲਾਫ ਆ ਵਿਚਾਰਾਂ ਦੇ ਪ੍ਰਗਟਾਵੇ ਦਾ ਜੋ ਹੱਕਾ ਇਹ ਉਹਨੂੰ ਕੁਚਲਣ ਵਾਲੀ ਆ ਜਿਹੜੀਆਂ ਮੈਂ ਪੋਸਟਾਂ ਪਾਈਆਂ ਨੇ ਉਹ ਪਹਿਲੀ ਗੱਲ ਆ ਮੇਰੀਆਂ ਕੋਈ ਨਵੀਂ ਪੋਜੀਸ਼ਨ ਨਹੀਂ ਹੈ ਮੇਰੀਆਂ ਸਾਲਾਂ ਤੋਂ ਪੋਜੀਸ਼ਨਾਂ ਮੇਰੀਆਂ ਪੋਜੀਸ਼ਨਾਂ ਪੋਸਟਾਂ ਨੂੰ ਤੋੜ ਮਰੋੜ ਕੇ ਕਿਵੇਂ ਪੇਸ਼ ਕਰਦੇ ਨੇ ਤੁਸੀਂ ਇਹ ਦੇਖੋ ਤੁਹਾਡੇ ਸਾਹਮਣੇ ਮੇਰੀ ਪੋਸਟ ਪਈ ਆ ਉਹ 'ਚ ਇੱਕ ਵੀ ਕਿਹੜੀ ਉਹ ਗੱਲ ਆ ਜਿਹੜੀ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ ਜਿਹੜੀ ਦੇਸ਼ ਦੇ ਵਿੱਚ ਕੋਈ ਸਮੱਸਿਆ ਖੜੀ ਕਰਨ ਵਾਲੀ ਆ ਮੈਂ ਇੱਕ ਆਪਣੇ ਵਿਚਾਰ ਰੱਖੇ ਨੇ ਜਿਹੜੇ ਇੱਕ ਹੋਰ ਵਿਚਾਰ ਨਾਲੋਂ ਵੱਖਰੇ ਨੇ ਚਾਹੇ ਉਹ ਤਾਲਮਨ ਦੀ ਗੱਲ ਆ ਚਾਹੇ ਉਹ ਕਸ਼ਮੀਰ ਬਾਰੇ ਗੱਲ ਆ ਸੋ ਇਸ ਕਰਕੇ ਇਹ ਕਹਿਣਾ ਜੇ ਮੇਰੇ ਵਿਚਾਰ ਗਲਤ ਨੇ ਤੁਸੀਂ ਕਹੋ ਮਾਲਵਿੰਦਰ ਸਿੰਘ ਮਾਲੀ ਤੇ ਕੇਸ ਦਰਜ ਕੀਤਾ ਜਾਵੇ ਇਹਨੂੰ ਗ੍ਰਿਫਤਾਰ ਕੀਤਾ ਜਾਵੇ ਤੁਸੀਂ ਸਿੱਧਾ ਚੈਲੰਜ ਗ੍ਰਹਿ ਮੰਤਰੀ ਨੂੰ ਕਰੀ ਜਾਂਦੇ ਹੋ ਨਹੀਂ ਮੈਂ ਕਹਿਣਾ ਮੈਂ ਚੈਲੰਜ ਕਰਦਾ ਨਵਜੋਤ ਸਿੰਘ ਸਿੱਧੂ ਨੂੰ ਹਟਾਵੇ ਉਹਨੂੰ ਹਟਾ ਕੇ ਫਿਰ ਦੇਸ਼ ਦੀ ਏਕਤਾ ਅਖੰਡਤਾ ਨੂੰ ਖਤਰਾ ਟਲ ਜੂ ਕਿ ਮੇਰੇ ਵਿਚਾਰ ਬਦਲ ਜਾਣਗੇ ਤੁਸੀਂ ਜਿੱਥੇ ਗੱਲ ਕਰਨੀ ਆ ਤੁਸੀਂ ਉੱਥੇ ਗੱਲ ਕਰੋ ਸੋ ਇਸ ਕਰਕੇ ਇਹ ਸਾਰਾ ਜਿਵੇਂ ਪਹਿਲਾਂ ਕੈਪਟਨ ਦੀ ਕਾਰਗੁਜ਼ਾਰੀ ਦਾ ਢੋਲ ਆ ਜਿਹੜਾ ਉਹ ਨਵਜੋਤ ਸਿੰਘ ਸਿੱਧੂ ਸਰ ਮੜ ਕੇ ਕਰਕੇ ਦਿਖਾ ਕਰਕੇ ਦਿਖਾ 6 ਮਹੀਨਿਆਂ ਚ ਕਰਕੇ ਦਿਖਾ ਪਹਿਲੀ ਗੱਲ ਹੋ ਕਾਂਗਰਸ ਦਾ ਪ੍ਰਧਾਨ ਆ ਉਹਦੇ ਕੋਲ ਫੈਸਲੇ ਲੈਣ ਦੀ ਸ਼ਕਤੀ ਨਹੀਂ ਹੈਗੀ ਉਹ ਦਵਾ ਪਾ ਸਕਦਾ ਤੇ ਦੁਨੀਆ ਦੇਖ ਰਹੀ ਹੈ ਇੱਕ ਪਾਰਟੀ ਆਪਣੀ ਸਰਕਾਰ ਤੇ ਸਿੱਦੇ ਰਾ ਤੁਰਲੇ ਕਿੱਡਾ ਵੱਡਾ ਦਬਾਅ ਪਾ ਸਕਦੀ ਆ ਦੂਜੀ ਗੱਲ ਨਵਜੋਤ ਸਿੰਘ ਸਿੱਧੂ ਇੱਕਾਪਦਾ ਅਜੰਡਾ ਵਾਰ ਰਿਹਾ ਜੇ ਉਹਦੇ ਬਾਰੇ ਤੁਹਾਡੇ ਮਤਭੇਦ ਹੋ ਸਕਦੇ ਆ ਤੁਸੀਂ ਉਸ ਅਜੰਡੇ ਬਾਰੇ ਗੱਲ ਕਰੋ ਮੈਂ ਸਵਾਲ ਕਰ ਲਾ ਅਜੰਡੇ ਵਾਲਾ ਅਜੰਡੇ ਵਾਲਾ ਸਵਾਲ ਕਰ ਲਾ ਮਾਲੀ ਸਾਹਿਬ ਇਹ ਸਵਾਲ ਤੁਹਾਨੂੰ ਪਿੰਚ ਵੀ ਕਰੂਗਾ ਮਾਲੀ ਸਾਹਿਬ ਤੁਸੀਂ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਹੋ ਤੇ ਖਬਰ ਹੈ ਚਰਚਾ ਇਹ ਉੱਠਦੀ ਪਈ ਆ ਕਿ ਨੀ ਹੋਸਨ ਸਿੱਧੂ ਦੀ ਸਲਾਹ ਤੇ ਕਿਤੇ ਮਿਸਟਰ ਮਾਲੀਏ ਬਿਆਨਤਾ ਨਹੀਂ ਦੇ ਰਹੇ ਮਿਸਟਰ ਮਾਲੀਏ ਪੋਸਟਰ ਤਾਂ ਨਹੀਂ ਦੇ ਰਹੇ ਕਿ ਇੱਕ ਅਜੰਡਾ ਸੈੱਟ ਕੀਤਾ ਜਾਵੇ ਤੇ ਉਸ ਅਜੰਡੇ ਦੇ ਤਹਿਤ ਇੱਕ ਚਰਚਾ ਛੇੜ ਦਿੱਤੀ ਜਾਵੇ ਤੇ ਸਿੱਧੂ ਸਾਹਿਬ ਸਿੱਧੂ ਸਾਹਿਬ ਸਿੱਧੂ ਸਾਹਿਬ ਦੀ ਚਰਚਾ ਹੁੰਦੀ ਰਹੇ ਅਸਲ ਚ ਨਾ ਜੀ ਮਤਲਬ ਸਮੱਸਿਆ ਇਹ ਆ ਅਸੀਂ ਬਹੁਤਕ ਤੌਰ ਤੇ ਕੰਗਾਲੀ ਦੇ ਦੌਰ ਚੋਂ ਗੁਜ਼ਰ ਰਹੇ ਹਾਂ ਅਸੀਂ ਇਹ ਨਹੀਂ ਸਮਝਦੇ ਵੀ ਕਿਸੇ ਦੀ ਕੋਈ ਕਮਿਟਮੈਂਟ ਵੀ ਆ ਕਿਸੇ ਦੇ ਕੋਈ ਵਿਚਾਰ ਵੀ ਨੇ ਉਹਨਾਂ ਖਾਤਰ ਕੋਈ ਲੜ ਵੀ ਸਕਦਾ ਭੜ ਸਕਦਾ ਅਸੀਂ ਹਰ ਇੱਕ ਗੱਲ ਨੂੰ ਸਾਜ਼ਿਸ਼ ਦੇਖਦੇ ਆ ਅਸੀਂ ਹਰ ਇੱਕ ਗੱਲ ਨੂੰ ਮਤਲਬ ਵਿਉਂਤਬੰਨੀ ਦੇਖਦੇ ਆ ਇੱਕ ਦੂਜੇ ਨੂੰ ਠੱਬੀ ਲਾਉਣ ਦੀ ਗੱਲ ਕਰਦੇ ਆ ਨਹੀਂ ਤੁਸੀਂ ਕਹਿ ਸਕਦੇ ਹੋ ਮਾਲੀ ਸਾਹਿਬ ਬਹੁਤ ਗੰਗਾਲੀ ਦੇ ਦੌਰ ਵਿੱਚ ਅਸੀਂ ਗੁਰਜਰਦੇ ਪਿਆ ਮਾਲੀ ਸਾਹਿਬ ਸਵਾਲ ਇਹ ਹੈਗਾ ਇਹ ਤੁਸੀਂ ਨਿੱਜੀ ਤੌਰ ਤੇ ਪੋਸਟ ਪਾਈ ਆ ਸਲਾਹਕਾਰ ਦੇ ਤੌਰ ਤੇ ਪੋਸਟ ਪਾਈ ਆ ਜਾਂ ਸਿੱਧੂ ਸਾਹਿਬ ਨੇ ਸਲਾਹ ਦਿੱਤੀ ਸੀ ਮਾਲੀ ਸਾਹਿਬਾ ਪੋਸਟ ਪਾ ਦਿਓ ਪਹਿਲੀ ਗੱਲ ਤਾਂ ਇਹ ਆ ਜੀ ਲੋਕ ਇਹ ਹੀ ਨਹੀਂ ਸਮਝ ਸਕਦੇ ਜਾਂ ਸਮਝ ਰਹੇ ਕਿ ਸਾਡਾ ਮੇਰਾ ਤੇ ਸਿੱਧੂ ਸਾਹਿਬ ਦਾ ਰਿਸ਼ਤਾ ਕੀ ਆ ਜਿਹੜਾ ਚੱਲ ਪ੍ਰਚਲਿਤ ਨਹੀਂ ਹੁੰਦਾ ਨਾ ਜੀ ਉਹ ਤੇ ਮਾੜੇ ਢੱਗੇ ਵੀ ਮਤਲਬ ਗੱਡੇ ਨੂੰ ਖਿੱਚ ਲੈਂਦੇ ਨੇ ਜਦੋਂ ਲੀਹਾ ਪਾੜਨਾ ਪੈਂਦਾ ਉਦੋਂ ਜ਼ੋਰ ਲੱਗਦਾ ਉਦੋਂ ਸਮੱਸਿਆਵਾਂ ਪੈਦਾ ਹੁੰਦੀਆਂ ਨੇ ਇਹ ਸਲਾਹਕਾਰ ਉਹ ਸਲਾਹਕਾਰ ਨਹੀਂ ਜੋ ਹੁਣ ਤੱਕ ਨਿਯੁਕਤ ਕਰਦੇ ਆਏ ਨੇ ਇਹ ਸਲਾਹਕਾਰ ਉਹ ਨੇ ਜਿਨ੍ਹਾਂ ਬਾਰੇ ਨਵਜੋਤ ਨਾ ਤਾਂ ਕਾਂਗਰਸ ਦੇ ਸਲਾਹਕਾਰ ਨੇ ਨਾ ਇਹ ਸਿੱਧੂ ਦੇ ਬਲਾਰੇ ਨੇ ਇਹ ਸਲਾਹਕਾਰ ਉਹ ਨੇ ਜਿਨ੍ਹਾਂ ਬਾਰੇ ਸਿੱਧੂ ਸਾਹਿਬ ਇਹ ਸਮਝਦੇ ਨੇ ਵੀ ਇਹਨਾਂ ਨੂੰ ਪੰਜਾਬ ਦਾ ਦਰਦ ਆ ਪੰਜਾਬਾਰੇ ਸਿਆਣੇ ਵਿਚਾਰ ਰੱਖਦੇ ਨੇ ਮੈਂ ਇਹਨਾਂ ਤੋਂ ਆਪਣੀ ਏਜੰਡੇ ਨੂੰ ਲਾਗੂ ਕਰਨ ਲਈ ਸਲਾਹ ਲਵਾਂਗਾ ਇਹਨਾਂ ਨਾਲ ਕੋਈ ਸਾਜ਼ਿਸ਼ ਨਹੀਂ ਉਹਨਾਂ ਨੇ ਘੜਨੀ ਹੁਣ ਜਿਵੇਂ ਇਹ ਕਹਿੰਦੇ ਨੇ ਜੀ ਪਹਿਲੀ ਗੱਲ ਆ ਜਦੋਂ ਕੈਪਟਨ ਦੀ ਮੁਲਾਕਾਤ ਹੋਈ ਮੋਦੀ ਨਾਲ ਤਾਂ ਮੁਲਾਕਾਤ ਹੋਈ ਹੀ ਨਹੀਂ ਸੀ ਅਮਿਤ ਸ਼ਾਹ ਨਾਲ ਮੁਲਾਕਾਤ ਹੋਈ ਕੀ ਮੁਲਾਕਾਤ ਸੋਚਿਆ ਵਿਚਾਰਿਆ ਅਮਿਤ ਸ਼ਾਹ ਨੇ ਸੋਚਿਆ ਕਿ ਜੋ ਕੈਪਟਨ ਸਾਹਿਬ ਕਹਿੰਦੇ ਨੇ ਇਸ ਗੱਲ ਲਈਏ ਮੇਰੇ ਤੋਂ ਵੱਡੀ ਗੱਲ ਆ ਮੋਦੀ ਨਾਲ ਮੁਲਾਕਾਤ ਕਰਾਉਣੀ ਚਾਹੀਦੀ ਆ ਉਹਨਾਂ ਨੂੰ ਰੋਕਿਆ ਮੁਲਾਕਾਤ ਕੀਤੀ ਉਸ ਤੋਂ ਬਾਅਦ ਇਹਨਾਂ ਨੇ ਬਿਆਨ ਦਿੱਤਾ ਇੰਡੀਅਨ ਐਕਸਪ੍ਰੈਸ ਦੇ ਵਿੱਚ ਬਿਆਨ ਆਇਆ ਮੈਂ ਉਹਤੇ ਕਮੈਂਟ ਕੀਤਾ ਮੈਂ ਉਹਤੇ ਟਿੱਪਣੀ ਕੀਤੀ ਬੀਜੋ ਅਜੰਡਾ ਕੈਪਟਨ ਸਾਹਿਬ ਆ ਰਿਹਾ ਹੈ ਬੜਾ ਖਤਰਨਾਕ ਆ ਰਿਹਾ ਇਹ ਮੈਂ ਪਹਿਲਾਂ ਤੋਂ ਕਰਦਾ ਆ ਰਿਹਾ ਕਰਤਾਰਪੁਰ ਸਾਹਿਬ ਦੇ ਲਾਂਘੇ ਵੇਲੇ ਉਹ ਤੁਹਾਡੀ ਪੋਸਟ ਪਹਿਲਾਂ ਦੀ ਸੀ ਜੋ ਸਲਾਹਕਾਰ ਨਿਯੁਕਤ ਹੋਣ ਤੋਂ ਪਹਿਲਾਂ ਦੀ ਪੋਸਟ ਸੀ ਉਹ ਉਹ ਪੋਸਟ ਪਹਿਲਾਂ ਦੀ ਸੀ ਤੇ ਤੁਹਾਨੂੰ ਤਾਂ ਪ੍ਰਚਾਰਿਆ ਗਿਆ ਕਿ ਸਿੱਧੂ ਸਾਹਿਬ ਦੇ ਸਲਾਹਕਾਰ ਬਣੇ ਤੇ ਮਾਲੀ ਸਾਹਿਬ ਨੇ ਕੈਪਟਨ ਵਰਿੰਦਰ ਉਸ ਦੇ ਖਿਲਾਫ ਇਹ ਪੋਸਟ ਪਾਤੀ ਤੁਹਾਨੂੰ ਤਾਂ ਇਹ ਪ੍ਰਚਾਰਿਆ ਗਿਆ ਮਾਲੀ ਸਾਹਿਬ ਮੇਰੀ ਦੇਖੋ ਜੀ ਮੈਨੂੰ ਨਹੀਂ ਦੇਖੋ ਮੇਰੀ ਕੰਸੈਂਟ ਸਿੱਧੂ ਸਾਹਿਬ ਨੇ ਲਈ ਸੀ ਤੇ ਸਹੀ ਗੱਲ ਮੈਂ ਤੁਹਾਨੂੰ ਦੱਸਦਾ ਉਹਨਾਂ ਨੇ ਮੈਨੂੰ ਇਹ ਕਿਹਾ ਸੀ 15 ਅਗਸਤ ਤੱਕ ਮੈਂ ਹੋਰ ਸਲਾ ਮੈਨੂੰ 3 ਵਜੇ ਉਹਨਾਂ ਦਾ ਫੋਨ ਆਇਆ ਵੀ ਮੈਂ ਆਹ ਕਰ ਰਿਹਾ ਮੈਂ ਜੀ ਕਰ ਦੋ ਤੁਸੀਂ ਮੈਨੂੰ ਕੋਈ ਪ੍ਰੋਬਲਮ ਨਹੀਂ ਜਿਵੇਂ ਆਪਣੀ ਗੱਲ ਤੈਹੀ ਹੋਈ ਆ ਉਹ ਕਹਿੰਦੇ ਓਕੇ ਜੀ ਸੋ ਇਸ ਕਰਕੇ ਹੁਣ ਇਹ ਪਹਿਲੀ ਪੋਸਟ ਆ ਕੱਲ ਨੂੰ ਤੁਸੀਂ 84 ਦੀਆਂ ਪੋਸਟਾਂ ਕੱਢ ਲਓਗੇ ਲੱਭੇ ਦੀਆਂ ਪੋਸਟਾਂ ਕੱਢ ਲਓਗੇ ਆਹ ਦੇਖੋ ਆਪ ਐ ਬੋਲਦਾ ਸੀ ਮੱਲੀ ਤੁਹਾਡੀਆਂ ਪੁਰਾਣੀਆਂ ਪੋਸਟਾਂ ਤਾਂ ਵਾਇਰਲ ਕਰੀ ਜਾਂਦੇ ਸਾਰੇ ਕੱਢੀਆਂ ਨੇ ਮੇਰੇ ਕੋਲ ਪਈਆਂ ਬਹੁਤ ਸਾਰੀਆਂ ਨਹੀਂ ਮੈਂ ਉਹਨਾਂ ਤੋਂ ਬੁੱਕਰਦਾ ਜੀ ਮੈਂ ਜਦੋਂ ਵਿਦਿਆਰਥੀ ਜੀਵਨ ਦੇ ਵਿੱਚ ਸੀ ਉਦੋਂ ਮੈਂ ਇਨਕਲਾਬ ਦਾ ਝੰਡਾ ਲੈ ਕੇ ਤੁਰਿਆ ਸੀ ਉਸ ਤੋਂ ਬਾਅਦ ਸੀ ਮੈਂ ਬਧ ਅਧਿਕਾਰਾਂ ਖਾਤਰ ਲੜਦਾ ਰਿਹਾ ਮੈਂ ਧਰਮ ਜੁੱਧ ਮੋਰਚੇ ਦੇ ਸੰਘਰਸ਼ ਦਾ ਹਮੇਤੀ ਰਿਹਾ ਮੈਂ ਝੂਠੇ ਮੁਕਾਬਲਿਆਂ ਦੀ ਜਾਂਚ ਕਰਨ ਲਈ ਬਹੁਤ ਕੁਝ ਕੀਤਾ ਜਸਟਿਸ ਵੈਂਸ ਦੀ ਅਗਵਾਈ 'ਚ ਮੈਂ ਸਟੇਟ ਇਨਵੈਸਟਿਗੇਟਿਵ ਜਰਨਲਿਸਟਰ ਸੀ ਪੀਲੀ ਭੀਤ ਤੋਂ ਲੈ ਕੇ ਕਿੰਨੇ ਪੁਲਿਸ ਮੁਕਾਬਲਿਆਂ ਦੀ ਜਾਂਚ ਕੀਤੀ ਅਸੀਂ ਦੋਸਰੀ ਸਾਹਮਣੇ ਟਿੱਕੇ ਤੇ ਮੈਂ ਉਹਨਾਂ ਕਰਕੇ ਮੇਰੇ ਤੇ ਐਨਐਸ ਲੱਗਿਆ ਮੇਰੇ ਤੇ ਟਾਡਾ ਲੱਗਿਆ ਹਾਈ ਕੋਰਟ ਨੇ ਰੱਦ ਕੀਤੇ ਹੋ ਸਾਰਾ ਕੁਝ ਵੀ ਇਹ 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 ਜਿਹੜਾ ਕਰ ਰਹੇ ਹੋ ਤੁਸੀਂ ਗੈਰ ਸੰਵਿਧਾਨਕ ਕਰ ਰਹੇ ਹੋ ਤੁਸੀਂ ਕਹਿੰਦੇ ਐਨਐਸਏ ਲੱਗਿਆ ਤੁਹਾਡੇ ਟਾਟਾ ਲੱਗਿਆ ਹੁਣ ਤਾਂ ਲੋਕ ਫਿਰ ਕਹਿ ਰਹੇ ਆ ਇਹਨਾਂ ਦੇ ਕਾਰਵਾਈ ਕਰੋ ਮਾਲੀ ਸਾਹਿਬ ਤੇ ਇਹ ਦੇਸ਼ ਵਿਰੋਧੀ ਗੱਲਾਂ ਕਰਦੇ ਪਏ ਮੈਂ ਇਹ ਕਹਿੰਦਾ ਜੀ ਸਦਕੇ ਕਹਿਣ ਜੀ ਪਰ ਉਦੋਂ ਬਾਅਦ ਮੈਨੂੰ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਮੇਰੀ ਸਰਵਿਸ ਸਰਕਾਰੀ ਨੌਕਰੀ ਵੀ ਮਿਲੀ ਫਿਰ ਮੇਰੀ ਸਰਵਿਸ ਆਪਦੇ ਨਾਲ ਅਟੈਚ ਕਰਕੇ ਉਹਨਾਂ ਦੇ মিডিਆ ਸਲਾਹਕਾਰ ਦਾ ਮੈਂ ਲੋਕ ਸੰਪਰਕ ਅਫਸਰ ਰਹਾ ਫਿਰ ਬਾਦਲ ਸਾਹਿਬ ਨੇ ਮੇਰੀ ਸਰਵਿਸ ਉੱਥੇ ਰੱਖੀ ਤੇ ਮੈਂ ਬੈਂਸ ਸਾਹਿਬ ਦੇ ਨਾਲ ਮੀਡੀਆ アドਵਾਈਜ਼ਰ ਦੇ ਨਾਲ ਪੀਆਰ ਹੋ ਰਿਹਾ ਮੈਂ ਸਰਕਾਰੀ ਨੌਕਰੀ ਤੇ ਰਹਾ ਕੀ 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 ਇਹਦਾ ਮਤਲਬ ਫਿਰ ਤੁਸੀਂ ਉਹ ਸਾਰੇ ਕਸੇ ਨੂੰ ਰੱਦ ਕਰੋ ਨਾ ਫਿਰ ਤੁਸੀਂ ਇਹ ਕਹੋ ਵੀ ਇਹਨੂੰ ਇੱਥੇ ਰਹਿਣ ਦਾ ਹੱਕ ਨਹੀਂ ਅਸਲ 'ਚ ਚਲ ਮੈਂ ਛੋਟਾ ਬ੍ਰੇਕ ਲਵਾਂਗਾ ਸਮਾਂ ਕਿ ਮਿਸਟਰ ਮਾਲੀ ਤੋਂ ਬਹੁਤ سارے ਸਵਾਲ ਹੋਣੇ ਆ ਮਿਸਟਰ ਮਾਲੀ ਕੀ ਤਾਲੀਬਾਨ ਦੇ ਹਮਾਇਤੀ ਹੈ ਇਹ ਸਵਾਲ ਬੜਾ ਮਹੱਤਵਪੂਰਨ ਹੈ ਕਿਉਂਕਿ ਹੁਣ ਤਾਲੀਬਾਨ ਦੇ ਨਾਂ ਤੇ ਦੇਸ਼ ਵਿੱਚ ਬੜੀ ਸਿਆਸਤ ਹੋ ਰਹੀ ਹੈ ਤੇ ਇਸ ਨੂੰ ਵੋਟਾਂ ਦੀ ਵੰਡ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ ਇਹ ਤਾਲੀਬਾਨ ਦਾ ਮੁੱਦਾ ਛੋਟਾ ਨਹੀਂ ਹੈਗਾਗਾ ਮਸਲਾ ਅਫਗਾਨਿਸਤਾਨ ਦਾ ਪਰਦਾ ਅਸਰ ਭਾਰਤ ਵਿੱਚ ਕਿਵੇਂ ਪੈਦਾ ਕੀਤਾ ਜਾਵੇਗਾ ਸਵਾਲੇ ਵੀ ਹੈਗਾ ਤੇ ਮਿਸਟਰ ਮਾਲੀ ਇਸ ਮੁੱਦੇ ਤੇ ਕੀ ਕਹਿਣਾ ਚਾਹੁੰਦੇ ਆ ਕਿਉਂਕਿ ਇਹਨਾਂ ਦੀ ਪੋਸਟ ਵਿੱਚ ਜੋ ਕਿਹਾ ਕਿਹਾ ਉਸ ਮੁੱਦੇ ਤੇ ਅੱਜ ਵੀ ਸਟੈਂਡ ਕਰਦੇ ਆ ਜਾਂ ਮਿਸਟਰ ਮਾਲੀ ਬਦਲ ਗਏ ਵਾਪਸ ਆ ਰਹੇ ਇੱਕ ਵੇ ਤੁਹਾਡਾ ਸਵਾਦ ਕਰਦੇ ਆ ਤੇ ਪ੍ਰਧਾਨ ਸਤੂ ਦੀ ਨਵੀਂ ਟੀਮ ਤੇ ਅਸੀਂ ਗੱਲ ਕਰ ਰਹੇ ਆ ਤੇ ਨਵੀਂ ਟੀਮ ਦੇ ਮੈਂਬਰ ਵੀ ਸਾਡੇ ਨਾਲ ਬੈਠੇ ਹੋਏ ਆ ਮਿਸਟਰ ਮਾਲੀ ਮਾਲੀ ਸਾਹਿਬ ਤੁਸੀਂ ਤਾਲੀਬਾਨ ਦੇ ਹਮਾਇਤੀਓ ਤੁਹਾਡੀ ਪੋਸਟ ਦੇ ਵਿੱਚ ਇੱਕ ਸਿੰਗਲ ਲਾਈਨ ਆ ਜਿਹੜੀ ਜਿੰਦੇ ਕਰਕੇ ਸਾਰਾ ਮੁੱਦਾ ਖੜਾ ਹੋ ਗਿਆ ਤਾਲੀਬਾਨ ਹੁਣ ਪਹਿਲਾ ਵਰਗਾ ਵਿਹਾਰ ਨਹੀਂ ਅਪਣਾਉਣਗੇ ਤੁਸੀਂ ਗਰੰਟੀ ਕਰਦੇ ਹੋ ਇਹਨਾਂ ਦੀ ਦੇਖੋ ਗਰੰਟੀ ਕਿਹੜੀ ਚੀਜ਼ ਦੀ ਹੁੰਦੀ ਹੈ ਜੀ ਤੁਹਾਡਾ ਇੱਕ ਜਾਇਜ਼ਾ ਮੈਂ ਕਿਹਾ ਮੈਨੂੰ ਇਹ ਲੱਗਦਾ ਹੁਣ ਉਹ ਸੱਤਾ 'ਚ ਆਉਣ ਤੋਂ ਬਾਅਦ ਪਹਿਲਾ ਵਰਗਾ ਵਿਹਾਰ ਨਹੀਂ ਕਰਨਗੇ ਜਾਇਜ਼ੇ ਨੇ ਜੀ ਵੀ ਇਹਦੇ ਨਾਲ ਜੀਓ ਪੋਲਿਟਿਕਸ ਤੇ ਕੀ ਫਰਕ ਪਊ ਉਹ ਤੇ ਕੀ ਫਰਕ ਪਊ ਇੱਕ ਮੇਰਾ ਜਾਇਜ਼ਾ ਕਿਉਂਕਿ ਮੈਂ ਇਹਦਾ ਆਧਾਰ ਦਿੱਤਾ ਨਾਲ ਮੈਂ ਕਿਹਾ ਪੰਜਾਬ ਐਨੀ ਖੂਨ ਡੋਲ੍ਹਵੀਂ ਜੰਗ ਲੜਨ ਤੋਂ ਬਾਅਦ ਅੱਜ ਉਹ ਹੀ ਪੰਜਾਬ ਆ ਜਿਹੜਾ ਪੁਰਾਣ ਸੰਘਰਸ਼ ਲੜਨ ਦੇ ਦੁਨੀਆ ਚ ਕੀਰਤੀ ਮਾਨ ਸਥਾਪਤ ਕਰ ਰਿਹਾ। ਤਾਲਮਨ ਸੱਤਾ ਚਾਏ ਸੱਤਾ ਚੋਂ ਉਖੇੜੇ ਅਮਰੀਕਾ ਨੇ ਹਮਲਾ ਕਰਕੇ 20 ਸਾਲ ਉਹਨਾਂ ਨੇ ਫੇਰ ਖੁੰਡੋਲੇ ਆ। ਉਦੋਂ ਜੋ ਜੋ ਮੈਨੂੰ ਲੱਗਦਾ ਉਦੋਂ ਉਹਨਾਂ ਦਾ ਏਜੰਡਾ ਸੀ ਉਦੋਂ ਅਲ ਕੈਦਾ ਵੀ ਸੀ ਕਿ ਅਸੀਂ ਇਸਲਾਮ ਦੇ ਜਹਾਦ ਨੂੰ ਦੁਨੀਆ ਚ ਫਲਾਉਣਾ। ਬਹੁਤ ਲੰਮੀ ਰੇਂਜ ਸੀ ਉਹਨਾਂ ਦੀ। ਉਦੋਂ ਬਾਅਦ ਹਾਲਾਤ ਬਦਲ ਗਏ। ਉਹਨਾਂ ਦੇ ਆਉਣ ਤੋਂ ਸੱਤਾ 'ਚ ਆਉਣ ਤੋਂ ਮੈਨੂੰ ਲੱਗਦਾ ਪਹਿਲਾਂ ਦੀ ਮੇਰੀ ਪੋਸਟ ਹੈ ਕੁਝ ਘੰਟੇ ਦਾ ਕੁਝ ਮਿੰਟ ਜਾਂ ਹੋ ਸਕਦਾ ਉਹ ਐਗਜ਼ੈਕਟ ਮੈਨੂੰ ਯਾਦ ਨਹੀਂ ਮੈਂ ਕਿਹਾ ਮੈਨੂੰ ਲੱਗਦਾ ਉਹ ਪਹਿਲਾਂ ਵਰਗਾ ਵਿਹਾਰ ਨਹੀਂ ਕਰਨਗੇ ਹੁਣ ਉਹ ਆਪ ਦਾ ਰਾਜ ਸੰਭਾਲਣ ਵੱਲ ਦੀ ਕੋਸ਼ਿਸ਼ ਕਰਨਗੇ ਹੁਣ ਉਹ ਅਮਨ ਤੇ ਸ਼ਾਂਤੀ ਵਾਲੀ ਗੱਲ ਕਰਨਗੇ ਇਹ ਜਿਹੜੀ ਤਬਦੀਲੀ ਆ ਅਮਰੀਕਾ ਦੀ ਹਾਰ ਕਿਸੇ ਮੁਲਕ 'ਚੋਂ ਬਾਹਰਲੇ ਦੇਸ਼ ਦਾ ਕਬਜ਼ਾ ਟੁੱਟ ਜਾਣਾ ਉਹ ਚਾਹੇ ਚੋਰਾਂ ਨੇ ਛਡਾਇਆ ਹੋਵੇ ਚਾਹੇ ਡਾਕੂਆਂ ਨੇ ਛਡਾਇਆ ਹੋਵੇ ਉਹ ਆਪਦੇ ਆਪ 'ਚ ਸਵਾਗਤਯੋਗ ਹੁੰਦਾ ਇਸ ਪੱਖੋਂ ਅਮਰੀਕਾ ਦੀ ਹਾਰ ਦਾ ਮੈਂ ਇਸ ਗੱਲ ਤੇ ਖੁਸ਼ ਹਾਂ ਅਮਰੀਕਾ ਉੱਥੋਂ ਲੋਕ ਲੋਕ ਨੇ ਲੋਕਲ ਚੰਗੇ ਨੇ ਮਾੜੇ ਨੇ ਉੱਥੋਂ ਦੇ ਲੋਕ ਫੈਸਲਾ ਕਰ ਲੈਣਗੇ ਸੋ ਇਸ ਕਰਕੇ ਮੈਂ ਇਹ ਕਿਹਾ ਵੀ ਜਿਹੜੀ ਇਹ ਤਬਦੀਲੀ ਆ ਦੱਖਣੀ ਏਸ਼ੀਆ ਦੇ ਵਿੱਚ ਸ਼ਾਂਤੀ ਸਥਾਪਿਤ ਕਰਨ ਲਈ ਪਹਿਲਾਂ ਇੱਕ ਤਣਾਅ ਪੈਦਾ ਕੀਤਾ ਜਾ ਰਿਹਾ ਸੀ ਭਾਰਤ ਵੱਲੋਂ ਇਹ ਸਹਾਈ ਹੋਵੇਗੀ ਇਹ ਇੱਕ ਮੈਂ ਅਸੈਸਮੈਂਟ ਆ ਪੋਲਿਟੀਕਲ ਅਸੈਸਮੈਂਟ ਆ ਜਿਹੜੇ ਲੋਕਾਂ ਨੇ ਇਹ ਸਿੱਖਿਆ ਵੀ ਧਰਮ ਦੇ ਆਧਾਰ ਤੇ ਕੋਈ ਵੀ ਗੱਲ ਹੁੰਦੀ ਆ ਅਸੀਂ ਉਹਦਾ ਵਿਰੋਧ ਕਰਨਾ ਇਤਿਹਾਸ ਇਤਿਹਾਸ ਦੇਖੋ ਜੀ ਸਿੱਖ ਧਰਮ ਦਾ ਇਤਿਹਾਸ ਆ ਜਦੋਂ ਧਰਮ ਦੇ ਆਧਾਰ ਤੇ ਸਹੀ ਧਰਮ ਦੇ ਆਧਾਰ ਤੇ ਉਹਦੀਆਂ ਬੁਨਿਆਦੀ ਕਦਰਾਂ ਕੀਮਤਾਂ ਦੇ ਆਧਾਰ ਤੇ ਲੋਕ ਚੱਲਦੇ ਨੇ ਉਹ ਕੋਈ ਦੇਸ਼ ਵਿਰੋਧੀ ਲੋਕ ਵਿਰੋਧੀ ਨਹੀਂ ਹੁੰਦੇ ਉਹ ਬੜੇ ਚੰਗੀਆਂ ਗੱਲਾਂ ਵੀ ਕਰਦੇ ਨੇ ਸੋ ਇਹ ਜਿਹੜਾ ਨਜ਼ਰੀਆ ਉਹਨੂੰ ਬਦਲਣ ਦੀ ਲੋੜ ਆ ਇਹ ਅਸਲ ਦੇ ਵਿੱਚ ਮੋਦੀ ਦੀ ਵਿਦੇਸ਼ ਨੀਤੀ ਦੀ ਹਾਰ ਆ ਇਹੀ ਕਾਰਨ ਆ ਅਨੁਸਾਰ ਉਹਨਾਂ ਨੇ ਕਿਹਾ ਗੁਰਦੁਆਰੇ ਚ ਗਏ ਸਿੱਖਾਂ ਦੇ ਸਿੱਖਾਂ ਦੀ ਸੁਰੱਖਿਆ ਦੀ ਸਾਡੀ ਜ਼ਿੰਮੇਵਾਰੀ ਆ ਹਿੰਦੂਆਂ ਦੇ ਸੁਰੱਖਿਆ ਦੀ ਸਾਡੀ ਜ਼ਿੰਮੇਵਾਰੀ ਹੈ ਮੈਂ ਤਾਂ ਇਹ ਵੀ ਕਿਹਾ ਕਿਸੇ ਇੰਟਰਵਿਊ ਚ ਵੀ ਭਾਰਤ ਨੂੰ ਆਪਣੀ ਐਮਬੈਸੀ ਉੱਥੋਂ ਚੱਕਣੀ ਨਹੀਂ ਚਾਹੀਦੀ ਸੀ ਇਹ મોદી ਦੀ ਵਿਦੇਸ਼ ਨੀਤੀ ਦੀ ਬੁਰੀ ਤਰ੍ਹਾਂ ਹਾਰਾ ਉਹਨੂੰ ਮੁਸਲਮਾਨਾਂ ਖਿਲਾਫ ਸਿੱ ਸ ਕਾਨੂੰ ਤੇ ਹਿੰਦੂਆਂ ਨੂੰ ਢੜਕਾਉਣ ਦਾ ਮੌਕਾ ਨਹੀਂ ਮਿਲ ਰਿਹਾ ਜਿਹਦੇ ਕਰਕੇ ਉਹ ਸਾਈਲੈਂਟ ਆ ਨਹੀਂ ਨਹੀਂ ਤੁਸੀਂ ਇਹ ਕਹਿਣਾ ਚਾ ਰਹੇ ਹੋ ਕਿ ਤਾਲਿਬਾਨ ਦਾ ਮੁੱਦਾ ਜਿਸ ਤਰੀਕੇ ਨਾਲ ਦੇਸ਼ ਦੇ ਵਿੱਚ ਉਭਾਰਾ ਜਾ ਰਿਹਾ ਇਹਨੂੰ ਵੋਟਾਂ ਦੀ ਵੰਡ ਨਾਲ ਜੋੜ ਕੇ ਦੇਖਿਆ ਜਾਣਾ ਚਾਹੀਦਾ ਕੋਸ਼ਿਸ਼ ਕਰ ਰਹੇ ਨੇ ਪਰ ਇਹ ਫੇਲ ਹੋਣਗੇ ਹੁਣ ਹੀ ਨਹੀਂ ਕਿਉਂਕਿ ਜਦੋਂ ਬਾਹਰਲੀ ਹਕੀਕਤ ਹੋਰ ਆ ਜਦੋਂ ਕਹਿ ਰਹੇ ਨੇ ਆਮ ਮੁਆਫੀ ਦਾ ਐਲਾਨ ਆਮ ਮੁਆਫੀ ਦਾ ਐਲਾਨ ਆ ਥੋੜੋ ਲੰਘਣਾ ਨਹੀਂ ਹੋ ਹੁਣ ਤੁਸੀਂ ਦੇਖੋ ਆਪਣਾ ਮੀਡੀਆ ਉਥੇ ਪੰਜ ਕਤਲ ਕਰਤੇ ਜੀ ਉਥੇ ਅੱਠ ਕਤਲ ਕਰਤੇ ਜੀ ਅੱਡੀ ਵੱਡੀ ਹਿੰਸਕ ਲੜਾਈ ਚ ਦੋ ਦੁਸ਼ਮਣ ਧਿਰਾਂ ਖੜੀਆਂ ਨੇ ਉਹਨਾਂ ਨੇ ਆਮ ਮੁਆਫੀ ਦਾ ਐਲਾਨ ਕਰਤਾ ਉਹਦੇ ਵਿੱਚ ਕੁਝ ਘਟਨਾਵਾਂ ਹੋ ਸਕਦੀਆਂ ਨੇ ਤੁਸੀਂ ਹਰ ਇੱਕ ਚੀਜ਼ ਨੂੰ ਹਾਂ ਪੱਖੀ ਨਜ਼ਰੀਏ ਨਾਲ ਕਿਉਂ ਨਹੀਂ ਦੇਖਦੇ ਜੀ ਜੇ ਪਾਕਿਸਤਾਨ ਨੇ ਕਹਿੰਦਾ ਉਹ ਇਹਨਾਂ ਨੇ ਜੋ ਅੱਤਵਾਦੀ ਗੱਲ ਕਰਦੇ ਉਹ ਖੜਕੂਬਾਦੀ ਗੱਲ ਕਰਦੇ ਉਹ ਇਹਨਾਂ ਨੇ ਭਾਰਤ ਨਾਲੋਂ ਸਾਡਾ ਵੱਧ ਨੁਕਸਾਨ ਕੀਤਾ Imran Khan ਕਹਿੰਦਾ ਅਸੀਂ ਇਹ ਤਾਂ ਖਿਹੜਾ ਛਣਾਉਣਾ ਚਾਹੁੰਦੇ ਆ ਅਸੀਂ ਅਮਨ ਸ਼ਾਂਤੀ ਚਾਹੁੰਦੇ ਆ ਅਸੀਂ ਆਹ ਚਾਹੁੰਦੇ ਆ ਤੁਸੀਂ ਤੁਸੀਂ ਇਹੀ ਕਹਣਾ ਨਾ ਨਾ ਜੀ ਇਹਨਾਂ 'ਤੇ ਐਕ ਕਰਨਾ ਤੁਸੀਂ ਕਹੋ ਜੇ ਤੁਸੀਂ ਇਹ ਚਾਹੁੰਦੇ ਹੋ ਚਲੋ ਆਪ ਅੱਗੇ ਵਧੀਏ ਨਹੀਂ ਦੇਸ਼ ਦਾ ਮੀਡੀਆ ਦੇਸ਼ ਦਾ ਦੇਸ਼ ਦਾ ਮੀਡੀਆ ਕੀ ਤਾਲੀਬਾਨ ਦੀ ਪ੍ਰੇਜ਼ ਕਰੇ ਤਾਲੀਬਾਨ ਨੂੰ ਮੁਬਾਰਕਾਂ ਦੇਵੇ ਜਿਹੜਾ ਔਰਤਾਂ ਨੂੰ ਜਿਸ ਤਰੀਕੇ ਨਾਲ ਉਹ ਵਿਹਾਰ ਕਰਦਾ ਪਿਆ ਕਿ ਦੇਸ਼ ਦਾ ਮੀਡੀਆ ਤਾਲੀਬਾਨ ਨੂੰ ਬਤਾਈਆਂ ਦੇਵੇ ਸਾਡੇ ਵਿੱਚ ਔਰਤਾਂ ਨਾਲ ਕੀ ਹੋ ਰਿਹਾ ਜੀ ਜਿਹੜਾ ਦੇਸ਼ ਦਾ ਮੀਡੀਆ ਔਰਤਾਂ ਨਾਲ ਕਿੰਨਾ ਜ਼ੁਲਮ ਹੋ ਰਿਹਾ ਉਹਦੇ ਬਾਰੇ ਕਿੱਥੇ ਬੋਲ ਰਿਹਾ ਜੀ ਗਲਤਾਂ ਨਾਲ ਕੀ ਹੋ ਰਿਹਾ ਉਹਨਾਂ ਬਾਰੇ ਕਿੱਥੇ ਹੋ ਰਿਹਾ ਜੀ ਮਨੁੱਖੀ ਹੱਕਾਂ ਦਾ ਜੋ ਉਲੰਘਣਾ ਹੋ ਰਹੀ ਆ ਘੋਰ ਪੰਜ ਛੇ ਬੁੱਧੀ ਦੀ ਵੀ ਨੂੰ ਜਿਹੜੇ ਜਿਹੜੇ ਜਿਨ੍ਹਾਂ ਨੂੰ ਸਾਰਾ মিডিਆ ਜਾਣਦਾ ਵੀ ਇਹ ਨਾ ਹੱਤਵਾਦੀ ਨੇ ਨਾ ਮੋਦੀ ਨੂੰ ਮਾਰਨੀ ਸੱਚ ਸੀ ਕਿ ਉਹਨਾਂ ਨੇ ਚੁੱਪ ਕੀਤਾ ਹੋਇਆ ਜੀ ਇਹ ਕੀ ਨਹੀਂ ਹੋ ਰਿਹਾ ਭਾਰਤ ਤੇ ਤੁਸੀਂ ਉਹਨੂੰ ਕੰਪੇਅਰ ਕਰ ਰਹੇ ਹੋ ਅਫਗਾਨਿਸਤਾਨ ਦੇ ਵਿੱਚ ਜੋ ਹਾਲਾਤ ਹੈ ਮੈਂ ਦੇਖੋ ਜਿਹੜੀ ਤੁਸੀਂ মিডিਆ ਦੀ ਗੱਲ ਕਰਦੇ ਹੋ ਮੈਂ ਤਾਂ ਕਹਿਣਾ ਵੀ ਦੇਖੋ ਸਧਾਰਤਕ ਤੌਰ ਤੇ ਮੈਂ ਦੁਬਾਰਾ ਫੇਰ ਗੱਲ ਕਹਿਣਾ ਜਦੋਂ ਅਸੀਂ ਕਹਿੰਦੇ ਹਾਂ মিডিਆ ਵਾਚ ਡੌਗ ਸੀ ਕਿਉਂ ਕਹਿੰਦੇ ਅਸੀਂ মিডিਆ ਵਾਚ ਡੌਗ ਨਿਆਂਪਾਲਿਕਾ ਕਾਰਜਪਾਲਿਕਾ ਵਿਧਾਨਪਾਲਿਕਾ ਇਹ ਤਿੰਨ ਟੰਗਾਂ ਤੇ ਸਕੇਟ ਖੜੀ ਹੁੰਦੀ ਸੀ ਜਿਹੜੀ ਚੌਥੀ ਟੰਗ ਸੀ ਉਹ ਲੋਕ ਰਾਏ ਹੁੰਦੀ ਸੀ ਲੋਕ ਰਾਏ ਨੂੰ ਬਣਾਉਣ 'ਚ মিডিਆ ਦਾ ਵੱਡਾ ਰੋਲ ਸੀ ਉਹਦੇ ਨੂੰ ਵਾਚ ਡੌਗ ਕਿਹਾ ਜਾਂਦਾ ਸੀ ਤੇ ਹੁਣ ਉਹਨਾਂ ਨੇ ਵੀ ਸਿਧਾਂਤਕ ਤੌਰ ਤੇ মিডিਆ ਨੂੰ ਕਹਿੰਦੇ ਚੌਥਾ ਥੰਮਾ মিডিਆ ਲਈ ਵੀ ਮੰਨ ਲਿਆ ਲੋਕ ਰਾਏ ਨੂੰ ਪੜਾ ਕੇ ਉੱਥੇ মিডিਆ ਆ ਗਿਆ ਜਦੋਂ মিডিਆ ਉੱਥੇ ਆ ਗਿਆ ਇਪੈਟ ਡੌਗ ਦੀ ਭੂਮਿਕਾ ਨਿਭਾਉਣ ਲੱਗ ਗਿਆ ਇਹੀ ਸਾਡੇ ਸਾਰੇ ਤੁਸੀਂ ਸਾਰੇ ਤੁਸੀਂ ਸਾਰੇ মিডিਆ ਨੂੰ ਇੱਕੋ ਰਸੇ 'ਚ ਬੰਨ ਰਿਹਾ ਬਿਲਕੁਲ ਨਹੀਂ ਸਾਰੇ ਕਾਂਗਰਸੀ ਮਾੜੇ ਨਹੀਂ ਸਾਰਾ মিডিਆ ਮਾੜਾ ਨਹੀਂ ਸਾਰੇ ਆਰਐਸਐਸ ਵਾਲੇ ਮਾੜੇ ਨਹੀਂ ਸਾਰੇ ਆਨੰਦ ਮਾਰਗੀ ਮਾੜੇ ਨਹੀਂ ਸਾਰੇ ਨਕਸਲੀ ਮਾੜੇ ਨਹੀਂ ਸਾਰੇ ਕਿਤੇ ਨਹੀਂ ਮਾੜੇ ਹੁੰਦੇ ਪਰ ਜਿਹੜੇ ਉਹਦੇ ਵਿੱਚ ਇੱਕ ਅਪਰੋਚ ਸਾਹਮਣੇ ਆ ਰਹੀ ਆ ਅਸੀਂ ਉਹਨੂੰ ਹਮੇਸ਼ਾ ਕ੍ਰਿਟਿਕਾਈਜ਼ ਕਰਦੇ ਆ ਨਹੀਂ ਹੁਣ ਮੇਰੇ ਤੇ ਵੀ ਸਵਾਲ ਉੱਠਣਗੇ ਵੀ ਮੇਰੇ ਸਾਹਮਣੇ ਮਾਲੀ ਸਾਹਿਬ ਕਹਿੰਦੇ মিডিਆ ਪੈਟ ਡੌਗ ਬਣ ਗਿਆ ਤੇ ਤੂੰ ਕੋਈ ਸਵਾਲ ਨਹੀਂ ਕੀਤਾ ਭਾਈ ਨਹੀਂ ਤੁਸੀਂ ਮੈਨੂੰ ਸਵਾਲ ਕਰੀ ਜਾਂਦੇ ਹੋ ਵੀ ਤੁਸੀਂ ਦੇਸ਼ ਵਿਰੋਧੀ ਗੱ ਵੀ ਤੁਹਾਡੀ ਆ ਪੋਸਟਾਂ ਕਹਿੰਦੀ ਆ ਤੁਹਾਡੀ ਪੋਸਟ ਆ ਕੇ ਤੁਹਾਨੂੰ ਹੱਕਾ ਸਵਾਲ ਕਰਨ ਦਾ ਮੀਡੀਆ ਤੇ ਸਵਾਲ ਨਹੀਂ ਕੀਤਾ ਜਾ ਸਕਦਾ ਮੀਡੀਆ ਦੇ ਰੋਲ ਕਰੋ ਤੁਸੀਂ ਸਵਾਲ ਕਰੋ ਨਾ ਇਹਨੂੰ ਜਰਨਲਾਈਜ਼ ਨਾ ਨਾ ਕਰੀਏ ਆਪਾਂ ਜੇ ਤੁਹਾਨੂੰ ਲੱਗਦਾ ਜਿਹੜਾ ਮੀਡੀਆ ਗਲਤ ਦਿਖਾ ਰਿਹਾ ਜਿਹੜਾ ਮੀਡੀਆ ਲੋਕ ਲੋਕਾਂ رائے ਦੀ ਗੱਲ ਨਹੀਂ ਕਰਦਾ ਪਿਆ ਉਹਨਾਂ ਬਾਰੇ ਤੁਸੀਂ ਲਿਖੋ ਕੋਣ ਮਨਾ ਕਰ ਰਿਹਾ ਮਾਲੀ ਸਾਹਿਬ ਤੁਸੀਂ ਆ ਮੀਡੀਆ ਚ ਰਹੇ ਮੀਡੀਆ ਦੇ 1800 ਕਿੰਦਰ ਨੇ ਮੈਂ 1800 ਨਾ ਲੈ ਕੇ ਬੋਲਾਂ ਕਿ ਜਨਰਲ ਅਪਰੋਚ ਬਾਰੇ ਬੋਲਾਂ ਕਿਸਾਨ ਅੰਦੋਲਨ ਬਾਰੇ ਨੇਸ਼ਨਲ মিডিਆ ਦਾ ਕੀ ਰੋਲ ਰਿਹਾ ਜੀ ਤੁਸੀਂ ਮੈਨੂੰ ਦੱਸ ਦੋ ਜੋ ਪੰਜਾਬ ਦੇ ਵਿੱਚ ਹੋ ਰਿਹਾ ਉਹਦੇ ਬਾਰੇ ਕੀ ਰੋਲ ਰਿਹਾ ਜੀ ਤੁਸੀਂ ਮੈਨੂੰ ਦੱਸ ਦੋ ਤੁਸੀਂ ਮੈਨੂੰ ਇਹ ਦੱਸ ਦੋ ਜਦੋਂ ਪੰਜਾਬ 'ਚ ਹਜ਼ਾਰਾਂ ਨੌਜਾਨ ਫੜਫੜ ਮਾਰੇ ਨੇ ਉਦੋਂ মিডিਆ ਦਾ ਕੀ ਰੋਲ ਰਿਹਾ ਜੀ ਤੁਸੀਂ ਚੱਕੋ ਉਸ ਵੇਲੇ ਦੇ ਅਖਬਾਰ ਜੋ ਪੁਲਿਸ ਥਿਊਰੀ ਦਿੰਦੀ ਸੀ ਉਹੀ ਤੁਸੀਂ ਛਾਪਦੇ ਸੀ মিডিਆ ਨੇ ਕਿੱਥੇ ਇਨਵੈਸਟੀਗੇਸ਼ਨ ਕੀਤੀ ਆ ਦਿੱਲੀ 'ਚ ਜੋ ਕੁਝ ਹੋਇਆ ਸਿੱਖਾਂ ਦਾ ਕਤਲ ਇਾਮ ਹੋਇਆ ਕੀ মিডিਆ ਨੇ ਰੋਲ ਨਾ ਹੋਇਆ ਜੀ ਸਾਰੇ ਨੇ ਤੁਸੀਂ ਠੀਕ ਆ ਚੰਗੇ ਵੀ ਨੇ ਚੰਗੇ ਤਾਂ ਪੁਲਿਸ 'ਚ ਵੀ ਬਹੁਤ ਚੰਗੇ ਨੇ ਫੌਜ 'ਚ ਵੀ ਬਹੁਤ ਚੰਗੇ ਨੇ ਮਤਲਬ ਮੋਦੀ ਸਰਕਾਰ 'ਚ ਵੀ ਬਹੁਤ ਚੰਗੇ ਹੋਣਗੇ ਇਹ ਨਹੀਂ ਕੁਐਸਚਨ ਵੀ ਤੁਸੀਂ ਦੇਖ ਦੇ ਟਿੱਕੇ ਨਹੀਂ ਕੱਢਣਾ ਤੁਸੀਂ ਇੱਕ ਜਨਰਲ ਪਰਸਪੈਕਸ਼ਨ ਸਾਂਝੀ ਕਰਦੇ ਹੋ ਜਿਹੜਾ ਉਹਦੇ ਸ਼ਕਾਰ ਹੋਣਾ ਉਹ ਸੋਚ ਲੂ ਮੁੜ ਕੇ ਜਿਹੜਾ ਉਹਦਾ ਨਹੀਂ ਸਰ ਮਤਲਬ ਪ੍ਰਤੱਖ ਨੂੰ ਪ੍ਰਮਾਣ ਦੀ ਕੀ ਲੋੜ ਹੈ ਜੀ ਚਲੋ ਪਰਸਪੈਕਸ਼ਨ ਤਾਂ ਇਹ ਵੀ ਬੰਦੀ ਵੀ ਮਾਲੀ ਸਾਹਿਬ ਕਿ ਬਾਕੀ ਵੀ ਸਲਾਹ ਕਰੇਗੇ ਮਾਲੀ ਸਾਹਿਬ ਹੀ ਕਿਉਂ ਇੰਨਾ ਬੋਲਦੇ ਆ ਕਿਉਂ ਬੋਲਦੇ ਤੁਸੀਂ ਕਿਉਂਕਿ ਮੈਂ ਬੋਲਦੀ ਆ ਜੀ ਮੈਂ ਮੈਂ ਕੋਈ ਕਾਂਗਰਸ ਦਾ ਬਲਾਰਾ ਥੋੜੋ ਮੇਰੇ ਆਪਣੇ ਵਿਚਾਰ ਨੇ ਚਲੋ ਤੁਸੀਂ ਮੇਰੀ ਵੀਡੀਓ ਦੇਖੋ ਤੁਹਾਡੇ ਤਾਂ ਮੈਂ ਮਾਲੀ ਸਾਹਿਬ ਤੁਹਾਡੇ ਬਾਰੇ ਕੁਝ ਕਾਂਗਰਸੀ ਕਹਿ ਰਹੇ ਆ ਕਿ ਹੁਣ ਸਾਨੂੰ ਨਾ ਬੁਲਾਇਆ ਕਰੋ ਮਾਲੀ ਸਾਹਿਬ ਨੂੰ ਬੁਲਾ ਲਿਆ ਕਰੋ ਉਹ ਉਹਨਾਂ ਨੂੰ ਕੀ ਜਵਾਬ ਦੋਗੇ ਦੇਖੋ ਜੀ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਮੈਂ ਇੱਕ ਵਾਰ ਤੁਹਾਨੂੰ ਕਿਹਾ ਸੀ ਮੈਂ ਮੈਨੂੰ ਕੱਲੇ ਨੂੰ ਬੁਲਾ ਲਿਆ ਕਰੋ ਸਾਰੀਆਂ ਪਾਰਟੀ ਵਾਲਿਆਂ ਨੂੰ ਕਿਉਂ ਬੁਲਾਉਂਦੇ ਹੋ ਮੈਨੂੰ ਪੁੱਛ ਲਿਆ ਕਰੋ ਮਾਲੀ ਸਾਹਿਬ ਕਾਂਗਰਸੀ ਦੀ ਇਹਦੇ ਬਾਰੇ ਕੀ ਰਾਏ ਆ ਮੈਂ ਜਾਣਦਾ ਵੀ ਇਹ ਕੀ ਨੇ ਕਿਹੜੀ ਗੱਲ ਬਾਰੇ ਕੀ ਕਹਿੰਦੇ ਨੇ ਪ੍ਰਤੀਕਰਮ ਉਹਨਾਂ ਦਾ ਜਾਣਦਾ ਮੈਂ ਜੋ ਬੋਲਦਾ ਕੀ ਮੈਂ ਪਹਿਲਾਂ ਨਾਲੋਂ ਆਪਣੇ ਵਿਚਾਰ ਬਦਲ ਲੇ ਤੁਸੀਂ ਉਵੇਂ ਆ ਬਿਲਕੁਲੋ ਮੀਆਂ ਹਾਂ ਮੈਂ ਜੇ ਆਪਦੀ ਪੋਸਟ ਦੇ ਵਿੱਚ ਮੈਨੂੰ ਸਵਾਲ ਪੁੱਛਿਆ ਜੇ ਨਵਜੋਤ ਸਿੰਘ ਸਿੱਧੂ ਇਸ ਏਜੰਡੇ ਤੋਂ ਥਿੜਕ ਗਿਆ ਫਿਰ ਕੀ ਕਰੋਗੇ ਮੈਂ ਸਭ ਤੋਂ ਪਹਿਲਾਂ ਮਾਲੀ ਹੂੰ ਜਿਹੜਾ ਉਹਦੀ ਆਲੋਚਨਾ ਕਰੂ ਤੇ ਤੁਸੀਂ ਹੈਰਾਨ ਹੋਵੋਗੇ ਸਿੱਧੂ ਸਾਹਿਬ ਨੇ ਮੈਨੂੰ ਫੋਨ ਕਰਕੇ ਕਿਹਾ ਮਾਲੀ ਸਾਹਿਬ ਤੁਹਾਡਾ ਇਹ ਬਿਆਨ ਸੁਣ ਕੇ ਮਨ ਖੁਸ਼ ਹੋ ਗਿਆ ਮੈਨੂੰ ਇਹੇ ਦੀ ਬੰਦਾ ਚਾਹੀਦਾ ਜਿਹੜਾ ਕਹੇ ਸਿੱਧੂ ਤੋਂ ਗਲਤ ਹੁਣ ਇਹ ਮੈਂ ਪ੍ਰਸ਼ੰਸਾ ਨਹੀਂ ਉਹਨਾਂ ਦੀ ਕਰਦਾ ਤੇ ਉਹਨਾਂ ਨੇ ਖੁਦ ਕਿਹਾ ਦੇਖੋ ਗਰਗ ਸਾਹਿਬ ਨਾਲ ਵੀ ਗੱਲ ਹੋਈ ਤਾਂ ਤੁਹਾਡੇ ਦੇ ਕੋਈ ਰੋਕ ਨਹੀਂ ਤੁਸੀਂ ਪੰਜਾਬ ਖਾਤਰ ਦੇਸ਼ ਖਾਤਰ ਜੋ ਤੁਹਾਡੇ ਵਿਚਾਰ ਨੇ ਬੋਲੋ ਪਰ ਮੈਨੂੰ ਸਲਾਹ ਦਿਓ ਇਸ ਮਾਮਲੇ ਬਾਰੇ ਜਿਹਦੇ ਬਾਰੇ ਮੈਂ ਪੁੱਛੂ ਵੀ ਮੈਨੂੰ ਕੀ ਕਰਨਾ ਚਾਹੀਦਾ ਮੈਂ ਤੁਹਾਡੇ ਵਿਚਾਰਾਂ ਦਾ ਕਦਰਦਾਨ ਆ ਗੱਲ ਤਾਂ ਇੰਨੀ ਕਾ ਜੀ ਇਹਨੂੰ ਸਮਝਣ ਦੀ ਲੋੜ ਆ ਹੁਣ ਤੁਸੀਂ ਉਹੀ ਗੱਲਾਂ ਕਿਉਂਕਿ ਮੈਂ ਤੁਹਾਨੂੰ ਕਿਹਾ ਨਮਾ ਲਿਹਾ ਪੜਿਆ ਜਾ ਰਿਹਾ ਪੰਜਾਬ ਦੇ ਵਿੱਚ ਵਾਅਦਿਆਂ ਦੀ ਖਰਾਤ ਦੀ ਸਿਆਸਤ ਨੂੰ ਚੈਲੰਜ ਕਰਕੇ ਮੁੱਦਿਆਂ ਦੀ ਸਿਆਸਤ ਨੂੰ ਉਭਾਰਿਆ ਜਾ ਰਿਹਾ ਪੰਜਾਬ ਦਾ ਅਜੰਡਾ ਉਭਾਰਿਆ ਜਾ ਰਿਹਾ ਇਹ ਤਬਦੀਲੀ ਸਮਝਣ ਦੀ ਲੋੜ ਆ ਇਹਨੂੰ ਹੰਗਾਰਾ ਭਰੋ ਤੁਸੀਂ ਮੇਰੀ ਗੱਲ ਸੁਣੋ ਜੀ ਤੁਸੀਂ ਕਹੋ ਕਰਤਾਰਪੁਰ ਲਾਂਘੇ ਬਾਰੇ ਸਿੱਧੂ ਬਿਲਕੁਲ ਗਲਤ ਬੋਲਦਾ ਜੋ ਕਹਿੰਦਾ ਖੇਤੀ ਦਾ ਆ ਪੈਟਰਨ ਚੇਂਜ ਕਰਨੀ ਲੋੜਾ ਬਿਲਕੁਲ ਗਲਤ ਬੋਲਦਾ ਜੋ ਕਹਿੰਦਾ ਇਹਦਾ ਐ ਹੱਲ ਹੋ ਜੂ ਐ ਹੱਲ ਹੋ ਜੂ ਬਿਲਕੁਲ ਗਲਤ ਬੋਲਦਾ ਜਿਹੜਾ ਉਹ ਕਹਿੰਦਾ ਸਰਕਾਰੀ ਖਜ਼ਾਨੇ ਨੂੰ ਘਰ ਲਾ ਪੈਂਦੀ ਆ ਮੈਂ ਬੰਦ ਕਰੂੰ ਤੁਸੀਂ ਕਹੋ ਇਹ ਹੁੰਦੀ ਨਹੀਂ ਇਹ ਬਾਦੀ ਕਰਨ ਦਾ ਗਲਤ ਆ ਜਿਹੜਾ ਜਿਹੜੀ ਗੱਲ ਉਹ ਕਹਿ ਰਿਹਾ ਵੀ ਲੋਕਾਂ ਦਾ ਜਿਹੜੇ ਹੁਣ ਮੰਨ ਲਓ ਜੀ ਕਿੰਨੇ ਕਹਿੰਦੇ ਨੇ ਉਹ ਦੇਖੋ ਜੀ ਕਾਂਗਰਸ ਦੇ ਵਿੱਚ ਐਨੇ ਮਾੜੇ ਨੇ ਉਹਨਾਂ ਨਾਲ ਫਿਰਦਾ ਇਹ ਸਿੱਧੂ ਨੇ ਚੁੜੇ ਨੇ ਐਮਐਲਏ ਕਾਂਗਰਸ ਪਾਰਟੀ ਨੇ ਟਿਕਟਾਂ ਦਿੱਤੀਆਂ ਨੇ ਲੋਕਾਂ ਨੇ ਚੁੜੇ ਨੇ ਉਹ ਉਹ ਤਾਂ ਜਦੋਂ ਇਹ ਕਹਿੰਦਾ ਮੈਂ ਸ਼ਰਾਬ ਮਾਫੀਆ ਨੂੰ ਭੰਨਣ ਲਈ ਸਰਕਾਰੀ ਕਾਰਪੋਰੇਸ਼ਨ ਬਣਾਉਂ ਸਾਰਿਆਂ ਦੇ ਸਾਹਮਣੇ ਕਹਿੰਦਾ ਉਹ ਕਹਿੰਦਾ ਰੇਤ ਮਾਫੀਆ ਨੂੰ ਭੰਨਣ ਲਈ ਸਰਕਾਰੀ ਕਾਰਪੋਰੇਸ਼ਨ ਬਣਾਉਂ ਜਿੱਦਿਓ ਕਾਰਪੋਰੇਸ਼ਨ ਤੋਂ ਮੁੱਕਰ ਗਿਆ ਹੱਲ ਗਿਆ ਤੇ ਉਦੋਂ ਅਸੀਂ ਕਹਾਂਗੇ ਸਾਡੀ ਸਰਕਾਰ ਲਿਆਓ ਅਸੀਂ ਬਣਾਵਾਂਗੇ ਸਿੱਧੂ ਸਾਹਿਬ ਅੱਜ 75 25 ਦੀ ਗੱਲ ਕਰਦੇ ਆ ਪ੍ਰਧਾਨ ਮੰਤਰੀ ਤੋਂ ਪਹਿਲਾਂ ਬਹੁਤ ਕਰਦੇ ਸੀ ਦੇਖੋ ਸਿੱਧੂ ਸਾਹਿਬ ਨੇ ਕੀ ਕਹਿਣਾ ਉਹ ਇੱਕ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਉਹ ਇੱਕ ਸਿਸਟਮ ਦੇ ਵਿੱਚ ਨੇ ਉਹਨਾਂ ਨੇ ਜੋ ਬੋਲਣਾ ਆਪਣੇ ਉਸ ਦਾਇਰੇ ਦੇ ਵਿੱਚ ਉਹਦੀਆਂ ਲੋੜਾਂ 'ਚ ਆਪਣੇ ਵਿਚਾਰ ਅਨੁਸਾਰ ਬੋਲਣਾ ਸਿੱਧੂ ਸਾਹਿਬ ਦਾ ਸਿਸਟਮ ਹੁਣ ਬਦਲਤਾ ਨਹੀਂ ਗਿਆ ਪਰ ਅਮਰੰਤਪੁਰ ਨਹੀਂ ਦੇਖੋ ਜਦੋਂ ਵੀ ਕੋਈ ਇੱਕ ਨਵੀਂ ਜ਼ਿੰਮੇਵਾਰੀ ਆਉਂਦੀ ਆ ਉਹ ਤੋਂ ਬਦਲਦਾ ਮੰਨ ਲਓ ਮੈਂ ਦੋ ਸਰਕਾਰਾਂ ਦੇ ਵਿੱਚ ਰਿਹਾ ਜੀ ਮੇਰਾ ਸਿਸਟਮ ਬਦਲਿਆ ਕਿਉਂਕਿ ਉਦੋਂ ਮੈਂ ਸਰਕਾਰੀ ਨੌਕਰ ਸੀ ਮੇਰੇ ਜਥੇਬੰਦੀ ਸੀ ਮਤਲਬ ਮੇਰੇ ਤੇ ਇੱਕ ਨੌਕਰੀ ਦੇ ਵੀ ਸਿਸਟਮ ਸੀ ਉੱਥੇ ਰਹਿਣ ਦੀ ਸਿਸਟਮ ਸੀ ਮੈਂ ਤੁਹਾਨੂੰ ਦੱਸਦਾ ਜਦੋਂ ਮੈਂ ਉੱਥੇ ਰਿਹਾ ਮੈਨੂੰ ਲੱਖਾਂ ਰੁਪਏ ਦੀ ਪੇਸ਼ਕਸ਼ ਹੋਈ بڑے ਵੱਡੇ ਲੀਡਰਾਂ ਵੱਲੋਂ ਵੀ ਤੂੰ ਸਾਨੂੰ ਸੂਧ ਏ ਕੀ ਪਲਾਨਿੰਗ ਹੈ ਕੀ ਹੋ ਰਹੀ ਆ ਤੇ ਜੇ ਸੱਚ ਬੋਲਾਂ ਮੈਂ ਠੁਕਰਾਇਆ ਮੈਂ ਜੇ ਅੱਜ ਉਹਨਾਂ ਦੀ ਮੈਂ ਤੁਹਾਨੂੰ ਸੂਧਾਂ ਕੱਲ ਉਹਨੂੰ ਤੁਸੀਂ ਮੈਨੂੰ ਆਪਦੇ ਨਾਲ ਲਾਉਣ ਨੂੰ ਫਿਰਦੇ ਹੋ ਫਿਰ ਥੋੜੀ ਸੂਧ ਵੀ ਮੈਂ ਉਧਰ ਦੂੰ ਸੋ ਇਹ ਅੱਡ ਅੱਡ ਗੱਲਾਂ ਨੇ ਜੇ ਇੱਕ ਵੈਲੀਊ ਨੇ ਮੇਰੀਆਂ ਵੈਲੀਊ ਨਹੀਂ ਉਹਦੇ ਨਾਲ ਕਿਸੇ ਨੂੰ ਮਤਭੇਦ ਹੋ ਸਕਦਾ ਗਲਤ ਹੋ ਸਕਦਾ ਇੱਕ ਹੋਰ ਛੋੜਾ ਬ੍ਰੇਕ ਲਵਾਂਗੇ ਫਿਰ ਤੋ ਵਾਪਸ ਆਮਾਂਕੇ ਮਿਸਟਰ ਮਾਲੀ ਨੂੰ ਸਵਾਲ ਲਗਾਤਾਰ ਹੋਣਗੇ ਕਿ ਕਿਉਂਕਿ ਮਿਸਟਰ ਮਾਲੀ ਸਾਡੇ ਸਟੂਡੀਓ ਦੇ ਵਿੱਚ ਬਹਿ ਕੇ ਹੀ ਅਕਸਰ ਇਹ ਕਹਿੰਦੇ ਰਹਿੰਦੇ ਕਿ ਸਾਡਾ ਏਜੰਡਾ ਪੰਜਾਬ ਹੈ ਪੰਜਾਬ ਦੇ ਮੁੱਤੇ ਹੈ ਪਰ ਉਸ ਪੰਜਾਬ ਦੇ ਵਿੱਚ ਜਿਹਨੂੰ ਇੱਕ ਏਜੰਡੇ ਦੀ ਲੋੜ ਹੈ ਜਿਹਨੂੰ ਮੁੱਦਿਆਂ ਦੀ ਲੋੜ ਹੈ ਕੀ ਹੈ ਜਿਹੜੇ ਮੁੱਦਿਆਂ ਤੇ ਬਹਿਸ ਦੀ ਜ਼ਰੂਰਤ ਹੈ ਕੀ ਹੈ ਉਸ ਪੰਜਾਬ ਦੇ ਵਿੱਚ ਸਿਆਸਤ ਕਿਹੜਾ ਏਜੰਡਾ ਸੈੱਟ ਕਰ ਰਹੀ ਹੈ ਜਾਂ ਮਿਸਟਰ ਮਾਲੀ ਉਸ ਸਿਆਸੀ ਏਜੰਡੇ ਦਾ ਸ਼ਿਕਾਰਤਾ ਨਹੀਂ ਹੋ ਰਹੇ ਜਾਂ ਮਿਸਟਰ ਮਾਲੀ ਉਹ ਏਜੰਡਾ ਤਿਆਰ ਕਰਨ ਦੀ ਭੂਮਿਕਾ ਵਿੱਚ ਤਾਂ ਨਹੀਂ ਹੈਗੇ ਇਹ ਸਾਰੇ ਸਵਾਲ ਹੁਣੇ ਲਾਜ਼ਮੀ ਆ ਵਾਪਸ ਆ ਕੇ ਫਿਰ ਪੁੱਛੂੰਗਾ ਜਰੂਰ ਇੱਕ ਵਾਰ ਫੇਰ ਥੋੜਾ ਸਵਤ ਕਰਦੇ ਆਂ ਆਇਦਾ ਮੁੱਦਾ ਕੀ ਹੈ ਪ੍ਰਧਾਨ ਸਿੱਧੂ ਦੀ ਨਵੀਂ ਟੀਮ ਤੇ ਉਸ ਨਵੀਂ ਟੀਮ ਦਾ ਟਾਰਗੇਟ ਕੀ ਅਜੰਡਾ ਕੀ ਹੈ ਮਿਸਟਰ ਮਾਲੀ ਤੁਸੀਂ ਕਿਹਾ ਕਿ ਬૌਧਿਕ ਕੰਗਾਲੀ ਹੈ ਪੰਜਾਬ ਦੇ ਵਿੱਚ ਤੁਸੀਂ ਕਿਹਾ ਪੰਜਾਬ ਦੇ ਵਿੱਚ ਮੁੱਦਿਆਂ ਤੇ ਚਰਚਾ ਨਹੀਂ ਹੋ ਰਹੀ ਚਿਹਰਿਆਂ ਤੇ ਹੋ ਰਹੀ ਹੈ ਤੁਸੀਂ ਤਾਲੀਬਾਨ ਕਸ਼ਮੀਰ ਬਾਰੇ ਜਿਹੜੀਆਂ ਆਜ਼ੀਆਂ ਪੋਸਟਾਂ ਪਾਈਆਂ ਉਹ ਦਾ ਸਫਾਈ ਦਿੱਤੀ ਹੈ ਮਾਲੀ ਸਾਹਿਬ ਪੰਜਾਬ ਦੇ ਵਿੱਚ ਇੱਕ ਅਜੰਡੇ ਦੀ ਲੋੜ ਹੈਗੀ ਹੈ ਇੱਕ ਅਜੰਡਾ ਸੈਟ ਕਰਨ ਜ਼ਰੂਰ ਥੇ ਕਿ ਇੱਕ ਅਜੰਡਾ ਖੇਤੀਕਰੋਣਾ ਦੇ ਮੁੱਦੇ ਤੇ ਕਿਸਾਨਾਂ ਨੇ ਸੈਟ ਕਰ ਦਿੱਤਾ ਹੁਣ ਜਿਹੜਾ ਆ ਏਜੰਡਾ ਇਸ ਮੁੱਦੇ ਬਾਰੇ ਜਿਹੜੀਆਂ ਵਿਰੋਧੀ ਧਿਰਾਂ ਹੈਗੀਆਂ ਕਾਂ ਅਕਾਲੀ ਦਲ ਹੋਵੇ ਆਮ ਆਦੀ ਪਾਰਟੀ ਹੋਵੇ ਉਹ ਤੁਹਾਨੂੰ ਕਿਉਂ ਇੰਨਾ ਘੇਰ ਰਹੀਆਂ ਤੁਹਾਡੀ ਵਜ੍ਹਾ ਨਾਲ ਨੇ ਉਸ ਸਿੱਧੂ ਨੂੰ ਘੇਰਿਆ ਜਾ ਰਿਹਾ ਇਹ ਕਿਹੜਾ ਏਜੰਡਾ ਸੈੱਟ ਹੋ ਰਿਹਾ ਮਾਨੀ ਸਾਹਿਬ ਜਾ ਤੁਸੀਂ ਕਰਦੇ ਪਏ ਏਜੰਡਾ ਸਟਵੀ ਭਾਈ ਇਹਦੇ ਚਰਚਾ ਹੋਵੇ ਬਾਕੀ ਮੁੱਦੇ ਛੱਡੋ ਜੇ ਮੈਂ ਪਹਿਲਾਂ ਚਰਚਾ ਕਰ ਦੰਦਾਂ ਹਾਂ ਨਹੀਂ ਚਲੋ ਸਾਰਿਆਂ ਦਾ ਏਜੰਡਾ ਜੇ ਮਾਲੀਓ ਸੈੱਟ ਕਰਦਾ ਜੇ ਮਾਲੀ ਐਡਾ ਸ਼ਕਤੀਸ਼ਾਲੀ ਹੋਵੇ ਤਾਂ ਮਾਲੀ ਕਾਫੀ ਕੁਝ ਕਰ ਸਕਦਾ ਪਹਿਲੇ ਚਰਚਾ ਸਾਰੇ ਸਲਾਹਕਾਰਾਂ ਜੋ ਮਿਸਟਰ ਮਾਲੀ ਨੂੰ ਕਿਹਾ ਜਾ ਰਿਹਾ ਕਿਉਂ ਨਹੀਂ ਨਹੀਂ ਉਹ ਕੋਈ ਚਲੋ ਇਹ ਵੱਖਰੀ ਗੱਲ ਆ ਹਾਂ ਤੁਹਾਡੇ ਸਟੂਡੀਓ ਦੇ ਵਿੱਚ ਮੈਂ ਕਹਿੰਦਾ ਰਿਹਾ ਵੀ ਕਿਸਾਨ ਅੰਦੋਲਨ ਨੇ ਇਤਿਹਾਸ ਸਿਰਜਦਾ ਕਿਸਾਨ ਅੰਦੋਲਨ ਨੇ ਪ੍ਰਚਲਿਤ ਸਿਆਸਤ ਦੀ ਜਿਹੜੀ ਉਹਦੇ ਨੱਕਾ ਲਾਤਾ ਕਿਸਾਨ ਅੰਦੋਲਨ ਨੇ ਇਹ ਸਾਬਤ ਕਰਤਾ ਜਿਹੜੇ ਵਿਕਾਸ ਮਾਡਲ ਨਹੀਂ ਜਿਹੜੇ ਰਾਹ ਰਹੀਂ ਤੁਸੀਂ ਦੇਸ਼ ਨੂੰ ਹੱਕ ਰਹੇ ਹੋ ਇਹ ਸਾਨੂੰ ਪ੍ਰਵਾਨ ਨਹੀਂ ਹੈਗਾ ਕਿਸਾਨ ਅੰਦੋਲਨ ਨੇ ਬੁੱਧਾ ਸਾਹਮਣੇ ਲਿਆਂਦਾ ਵੀ ਫੈਡਰਲਿਜ਼ਮ ਦਾ ਸਵਾਲ ਆ ਜਿਹੜਾ ਉਹ ਬਹੁਤ ਮਹੱਤਵਪੂਰਨ ਆ ਤੁਹਾਨੂੰ ਇਹ ਕਾਨੂੰਨ ਬਣਾਉਣ ਦਾ ਹੱਕ ਨਹੀਂ ਇਹ ਰਾਜਾਂ ਦਾ ਅਧਿਕਾਰ ਆ ਇਹ ਫੈਡਰਲਿਜ਼ਮ ਦਾ ਸਵਾਲ ਆ ਪਾਰਟੀਆਂ ਤਾਂ ਕਹਿੰਦੀਆਂ ਨੇ ਕਾਨੂੰਨ ਰੱਦ ਕਰੋ ਪਰ ਕੋਈ ਪਾਰਟੀ ਨਹੀਂ ਕਹਿੰਦੀ ਵੀ ਫੈਡਰਲਿਜ਼ਮ ਦਾ ਸਵਾਲ ਆ ਤੁਹਾਨੂੰ ਬਣਾਉਣ ਦਾ ਹੱਕ ਨਹੀਂ ਇਹ ਉਹੀ ਸਵਾਲ ਆ ਜਿਹੜਾ ਕਸ਼ਮੀਰ ਬਾਰੇ ਜਦੋਂ ਉਹਨੂੰ ਰੱਦ ਕੀਤਾ ਉਹਦਾ 370 ਰੱਦ ਕੀਤਾ ਹਾਲੇ ਉਹ ਮਸਲਾ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਆ ਉਹ ਤੇ ਵਿਚਾਰ ਹੋਣਾ ਕੀ ਇਹ ਸੰਵਿਧਾਨ ਦੀ ਉਲੰਘਣਾ ਜਾਂ ਕੇਂਦਰ ਸਰਕਾਰ ਨੂੰ ਇਹ ਕਰਨ ਦਾ ਹੱਕ ਆ ਕੀ ਕਸ਼ਮੀਰ ਦੇ ਲੋਕਾਂ ਨੂੰ ਇਹ ਪ੍ਰਵਾਨ ਤੁਸੀ ਕਹਿੰਦੇ ਹੋ ਜੀ ਦੇਸ਼ ਦੇ ਲੋਕਾਂ ਨੂੰ ਪ੍ਰਵਾਨ ਆ ਇਹਦਾ ਮਤਲਬ ਦੇਸ਼ ਦੇ ਲੋਕਾਂ ਦੇ ਨਾਂ ਤੇ ਤੁਸੀਂ ਕਸ਼ਮੀਰ ਨੂੰ ਜੇਲ੍ਹਖਾਨਾ ਬਣਾ ਦਿਓ ਦੇਸ਼ ਦੇ ਲੋਕਾਂ ਦੇ ਥਾਂ ਤੇ ਤੁਸੀਂ ਪੰਜਾਬ ਨੂੰ ਮਤਲਬ ਬਲਦੀ ਦੇ ਬੁੱਥੇ ਤੱਕ ਦਿਓ ਜੇ ਅਸੀਂ ਕਹਿੰਦੇ ਪੰਜਾਬ ਪੰਜਾਬੀਆਂ ਦਾ ਕਸ਼ਮੀਰ ਕਸ਼ਮੀਰੀਆਂ ਦਾ ਬੰਗਾਲ ਬੰਗਾਲੀਆਂ ਦਾ ਤਾਮਲ ਤਾਮਲਾਂ ਦਾ ਇਹ ਵੱਖਵੱਡੀ ਹੋ ਗਿਆ ਜੀ ਜਦੋਂ ਅਸੀਂ ਕਹਿੰਦੇ ਫੈਡਰਲ ਇੰਡੀਆ ਦੀ ਲੋੜ ਆ ਇਹੀ ਤੁਹਾਡੀ ਪੋਸਟ ਹੈ ਜਦੋਂ ਅਸੀਂ ਕਹਿੰਦੇ ਕਸ਼ਮੀਰ ਕਸ਼ਮੀਰੀ ਲੋਕਾਂ ਦਾ ਦੇਸ਼ ਹੈ ਬਿਲਕੁਲ ਜੀ ਮੈਂ ਕਹਿੰਦਾ ਚਲੋ ਮੈਨੂੰ ਦੱਸ ਦਿਓ ਕਸ਼ਮੀਰ ਕਸ਼ਮੀਰੀਆਂ ਦਾ ਨਹੀਂ ਕੋਈ ਕਿਸੇ ਦਾ ਨਹੀਂ ਫਿਰ ਕੌਣ ਕੀ ਦਾ ਜੀ ਤੁਸੀਂ ਸੰਵਿਧਾਨ ਦੀ ਪਹਿਲੀ ਲਾਈਨ ਪੜੋ ਇੰਡੀਆ ਇਜ਼ ਅ ਯੂਨੀਅਨ ਆਫ ਸਟੇਟਸ ਸਟੇਟਸ ਨੇ ਇੰਡੀਆ ਬਣਾਇਆ ਇੰਡੀਆ ਨੇ ਸਟੇਟਸ ਨਹੀਂ ਬਣਾਈਆਂ ਤੁਸੀਂ ਫੈਡਰਲਿਜ਼ਮ ਨੂੰ ਲਗਾਤਾਰ ਤਵਾ ਕਰ ਰਹੇ ਹੋ ਤੁਹਾਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਆ ਕਿਉਂ ਮਿਸਤਰੀ ਤੁਹਾਨੂੰ ਵੀ ਸਮਝ ਲੈਣੀ ਚਾਹੀਦੀ ਆ ਭਾਰਤ ਦੇ ਵਿੱਚ ਫੈਡਰਲਿਜ਼ਮ ਤੇ ਜਮਹੂਰੀਅਤ ਦੋ ਸੱਕੀਆਂ ਭੈਣਾਂ ਨੇ ਜੁੜੀਆਂ ਭੈਣਾਂ ਨੇ 70 ਸਾਲਾਂ ਚ ਜਿਵੇਂ ਜਿਵੇਂ ਫੈਡਰਲਿਜ਼ਮ ਖਤਮ ਕੀਤਾ ਗਿਆ ਤਿਵੇਂ ਤਿਵੇਂ ਤਾਨਾਸ਼ਾਹੀ ਵਧੀ ਹੂੰ ਤੇ ਅੱਜ ਕਿੱਥੇ ਗੱਲ ਆ ਗਈ ਹਿੰਦੂ ਰਾਸ਼ਟਰ ਤੇ ਆ ਗਈ ਨਾ ਜੀ ਨਹੀਂ ਨਹੀਂ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਹਿੰਦੂ ਰਾਸ਼ਟਰ ਇਹ ਦੇਖ ਲੋ ਸਾਹਮਣੇ ਕਪੜੇ ਲਾ ਕੇ ਖੜਿਆ ਆ ਤੁਹਾਡੇ ਵਿਰੋਧ ਦੇ ਵਿੱਚ ਨਹੀਂ ਆ ਦੇਖ ਲੋ ਆ ਤਸਵੀਰਾਂ ਚਲਦੀਆਂ ਪਈਆਂ ਦੇਖ ਲੋ ਉਹਨਾਂ ਦਾ ਹੱਕ ਆ ਜੀ ਮੈਂ ਉਹਨਾਂ ਨੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਹੱਕ ਆ ਵਿਚਾਰਾਂ ਦੀ ਆਜ਼ਾਦੀ ਹੀ ਕਹਿੰਦੀ ਆ ਨਾ ਜੀ ਜੇ ਸੁਪਰੀਮ ਕੋਰਟ ਹੀ ਕਹਿੰਦਾ ਖਾਲਿਸਤਾਨ ਦਾ ਵਿਚਾਰ ਪ੍ਰਗਟ ਕਰਨਾ ਕੋਈ ਜੁਰਮ ਨਹੀਂ ਪਰ ਅਮਨ ਤਰੀਕੇ ਨਾਲ ਤੇ ਅਸੀਂ ਜੇ ਕੋਈ ਖਾਲਿਸਤਾਨ ਕਹਦੇ ਅਸੀਂ ਕਹਿੰਦੇ ਉਹਦੇ ਗੋਲੀ ਮਾਰੋ ਸਭ ਤੋਂ ਪਹਿਲਾਂ ਬੁਨਿਆਦੀ ਤੌਰ ਤੇ ਸਾਡਾ ਜਿਹੜਾ ਸੁਭਾਅ ਉਹ ਜ਼ਬੂਰੀਅਤ ਪਸੰਦ ਨਹੀਂ ਵਿਚਾਰਾਂ ਦੀ ਆਜ਼ਾਦੀ ਨੂੰ ਮਾਨਤਾ ਨਹੀਂ ਦਿੰਦਾ ਇਹ ਕਹਿੰਦੇ ਨੇ ਤੁਸੀਂ ਸੋਚੋ ਪਰ ਸਾਡੇ ਵਾਂਗੂ ਸੋਚੋ ਜਦੋਂ ਮੈਂ ਤੁਹਾਨੂੰ ਕਿਹਾ ਨਾ ਜੀ ਬਹੁਤਕ ਤੌਰ ਤੇ ਅਸੀਂ ਕੰਗਾਲ ਆ ਆਪਾਂ ਕਹਿੰਦੇ ਸੀ ਅੰਗਰੇਜ਼ਾਂ ਨੇ ਵਿਦਿਕ ਸਿਸਟਮ ਸ਼ੁਰੂ ਕੀਤਾ ਉਹਨਾਂ ਨੇ ਇੱਕ ਚਿੱਟ ਕੱਲ ਲਈਏ ਕਲਰਕ ਪੈਦਾ ਕਰਨੀ ਸੀ ਉਹਨਾਂ ਦੇ ਦਿਮਾਗ ਤੇ ਕਬਜ਼ਾ ਕਰ ਲਿਆ ਮੈਨੂੰ ਕਹਿਣ 'ਚ ਕੋਈ ਝਿਜਕ ਨਹੀਂ ਕਿ ਸਾਡੇ ਦਿਮਾਗ ਤੇ ਕਬਜ਼ਾ ਕਰ ਲਿਆ ਸਾਡਾ ਜਿਹੜਾ ਰਿਸਪੌਂਸ ਸਿਸਟਮਾ ਉਹਨਾਂ ਨੂੰ ਪਤਾ ਬੀਜੇ ਇੱਕ ਗੋਰਦਾਰ ਵਾਲੇ ਚ ਅਸੀਂ ਐ ਕਰ ਦਾਂਗੇ ਨਾ ਤਾਂ ਇਹਦਾ ਆ ਰਿਐਕਸ਼ਨ ਹੋ ਜੇ ਇੱਥੇ ਐ ਕਰ ਦਾਂਗੇ ਤਾਂ ਇਹਦਾ ਆ ਰਿਐਕਸ਼ਨ ਹੋ ਆ ਜੇ ਅਸੀਂ ਗੱਲ ਕਰਾਂਗੇ ਤੇ ਲੋਕ ਐ ਸੋਚਣਗੇ ਸਾਨੂੰ ਦਿਮਾਗੀ ਤੌਰ ਤੇ ਉਹਨਾਂ ਨੇ ਕਬਜ਼ੇ ਚ ਲੈ ਲਿਆ ਜਿਹਦੇ ਕਰਕੇ ਤੁਸੀਂ ਮੈਨੂੰ ਐ ਦੱਸੋ ਸਿੱਧੂ ਰਾਧਾ ਮੰਨਦੇ ਜਾਂਦਾ ਜੀ ਸਿੱਧੂ ਮੌਲੀਆਂ ਪਾਉਂਦਾ ਜੀ ਮੰਨ ਲਓ ਸਿੱਧੂ ਇਹ ਸਾਰਾ ਕੁਝ ਨਾ ਕਰੀ ਪੰਜਾਬ ਦਾ ਮਸਲਾ ਹੱਲ ਲੋ ਜ ਤੁਸੀਂ ਸਿੱਧੂ ਜੋ ਕਹਿ ਰਿਹਾ ਕਰਤਾਰਪੁਰ ਦੇ ਲਾਂਘੇ ਬਾਰੇ ਮਾਡਲ ਜਿਹੜੀ ਗੱਲ ਤੋਂ ਆਪਣੀ ਗੱਲ ਤੁਰੀ ਸੀ ਸਾਰੀਆਂ ਪਾਰਟੀਆਂ ਦਾ ਜ਼ੋਰ ਲੱਗਿਆ ਹੈ ਵੀ ਕਿਸਾਨ ਅੰਦੋਲਨ ਨੇ ਇੱਕ ਸੀਮਤਾਈ ਚ ਰਹਿ ਕੇ ਜੋ ਸਿਆਸੀ ਸੇਧ ਉਭਾਰਤੀ ਜੋ ਲੋਕ ਇਕਤਾ ਉਭਾਰਤੀ ਮੁਸਲਮ-ਹਿੰਦੂ ਦਾ ਕਾਰਡ ਠੱਪ ਕਰਤਾ ਤੁਸੀਂ ਉਹਨੂੰ ਪੰਜਾਬ ਦੀ ਸਿਆਸਤ ਚ ਦਾਖਲ ਹੋਣ ਤੋਂ ਰੋਕਣ ਲੱਗੀਆਂ ਹੋਈਆਂ ਨੇ ਸਾਰੀਆਂ ਪਾਰਟੀਆਂ ਵੀ ਉਹਦਾ ਅਸਰ ਨਾ ਇੱਥੇ ਪਵੇ ਇਸੇ ਕਰਕੇ ਵਾਦਿਆਂ ਦੀ ਸਿਆਸਤ ਹੈ ਮਿਸਟਰ ਸਿੱਧੂ ਨੇ ਵੀ ਉਹ ਖੂਹ ਤੇ ਪਿਆਸੇ ਵਾਲੀ ਗੱਲ ਕਹੇ ਸੀ ਉਸ ਮਾਮਲੇ ਤੇ ਤੁਹਾਡਾ ਕੋਈ ਕੋਈ ਬਿਆਨ ਨਹੀਂ ਤੁਹਾਡਾ ਉਸ ਦਾ ਮੇਰਾ ਬਿਆਨ ਹੈ ਜੀ ਬਿਲਕੁਲ ਬਾਰ-ਬਾਰ ਮੈਂ ਕਿਹਾ ਤੁਸੀਂ ਜਦੋਂ ਕਿਸੇ ਗੱਲ ਨੂੰ ਉਹਦੇ ਸੰਦਰਭ ਨਾਲੋਂ ਤੋੜ ਕੇ ਗੱਲ ਕਰੋਗੇ ਉਹਨਾਂ ਨੇ ਕਿਹਾ ਇਹ ਗੱਲ ਕਹਿੰਦੇ ਕਹਿੰਦੇ ਇੱਕ ਲਾਈਨ ਉਹਨਾਂ ਨੇ ਕਿਹਾ ਆਓ ਮਿਲ ਕੇ ਗੱਲ ਕਰੀਏ ਉਹਨੂੰ ਚੱਕ ਕੇ ਤੁਸੀਂ ਕਹਿੰਦਾ ਉਹ ਖੂਹ ਆ ਉਹ ਪਿਆਸਾ ਜਦੋਂ ਅਗਲੀ ਵਾਰ ਬੋਲ ਰਿਹਾ ਹੋ ਮੈਂ ਨੰਗੇ ਪੈਰੀ ਜਾਣ ਨੂੰ ਤਿਆਰ ਆ ਤੁਸੀਂ ਕਿਸਾਨ ਕੋਲ ਜਿੱਤੂਗਾ ਕਿਸਾਨ ਕੋਲ ਦੀ ਜਿੱਤ ਨਾਲ ਸਾਡੀ ਕਿਸਮਤ ਜੁੜੀ ਹੋਈ ਆ ਤੁਸੀਂ ਸਰਕਾਰਾਂ ਨੂੰ ਗਰਾ ਸਕਦੇ ਹੋ ਪਰ ਆਪਾਂ ਬੈਠ ਕੇ ਸੋਚੀਏ ਵੀ ਇੰਤੋਂ ਬਾਅਦ ਪੰਜਾਬ ਦੇ ਖੇਤੀ ਮਾਡਲ ਦਾ ਕੀ ਕਰਨਾ ਇਹ ਸਭ ਤੋਂ ਵੱਧ ਇਹੀ ਇਹੀ ਹੈ ਨਾ ਜੀ ਕਿਸੇ ਚੀਜ਼ ਨੂੰ ਪ੍ਰਸੰਗ ਨੂੰ ਤੋੜ ਕੇ ਉਹਨੂੰ ਬਾਤ ਦਾ ਵਰਤੰਗੜ ਬਣਾ ਦੋ ਹੁਣ ਤੁਸੀਂ ਮੇਰੀ ਗੱਲ ਸੁਣੋ ਕਸ਼ਮੀਰਵਾਰਿਆ ਜੀ ਤੁਸੀਂ ਮੇਰੀ ਸਾਰੀ ਪੋਸਟ ਪੜੋ ਹੁਣ ਮੈਨੂੰ ਉਹ ਟੈਲੀਵਿਜ਼ਨ ਵਾਲੇ ਇੱਕ ਟੈਲੀਵਿਜ਼ਨ ਵਾਲੇ ਨੇ ਮੇਰੀ ਵਾਈਟ ਲਈ ਤੇ ਉਹਦਾ ਘੁਰਲੂ ਬਣਾਤਾ ਤੋੜ ਮਰੋੜ ਕੇ ਮੈਂ ਕਹੇ ਮੈਂ ਨਹੀਂ ਤੁਹਾਨੂੰ ਵਾਈਟ ਦਿੰਦਾ ਇਸ ਕਰਕੇ ਉਹ ਗੁੱਸੇ ਹੁੰਦੇ ਨੇ ਕਹੀ ਇਸ ਗੱਲ ਤੇ ਮੇਰੀ ਪੋਸਟ ਤੁਸੀਂ ਸਾਰੀ ਪੜ ਕੇ ਸਮਝੋ ਉਸ ਮੀਡੀਆ ਨੂੰ ਤੁਸੀਂ ਪੈਡੋ ਕਹਿੰਦੇ ਹੋ ਮੈਂ ਮੈਂ ਚਲੋ ਮੈਂ ਕਿਸੇ ਦਾ ਨਾ ਨਹੀਂ ਚਲੋ ਤੁਸੀਂ ਐਂ ਕਹਿ ਦਿਓ ਜੀ ਹਾਂ ਕੇਪੀ ਜੀ ਵੀ ਭਾਰਤ ਦੇ ਵਿੱਚ ਕੋਈ ਗਿੱਦੂ ਮੀਡੀਆ ਨਹੀਂ ਕੋਈ ਪੈਟ ਮੀਡੀਆ ਨਹੀਂ ਮੈਂ ਨਹੀਂ ਕਹਿੰਦਾ ਮੈਂ ਮੰਨਦਾ ਪਿਆ ਮੈਂ ਮੰਨਦਾ ਇਹ ਗੱਲ ਉਹ ਵੀ ਮੈਂ ਕਹਿੰਨਾ ਜੀ ਜਿਹੜੀ ਤੁਸੀਂ ਕਹਿ ਰਹੇ ਹੋ ਮੈਂ ਕਹਿੰਨਾ ਤੁਸੀਂ ਆਪਣੇ ਭਾਈਚਾਰੇ ਤੋਂ ਇਸ ਕਰਕੇ ਮੇਰੇ ਤੋਂ ਸਵਾਲ ਕਰਦੇ ਹੋ ਹੱਕਾ ਤੁਹਾਡਾ ਮੈਂ ਜਵਾਬ ਦੇਣ ਲਈ ਬਚਨ ਬੱਦ ਨੋ ਪ੍ਰੋਬਲਮ ਹਾਂ ਮਾਲੀ ਸਾਹਿਬ ਸਵਾਲ ਇਹ ਵੀ ਹੈਗਾ ਕਿ ਨਿਊਸ ਸਿੱਧੂ ਦੇ ਕੋਲੇ ਕਿਹੜੀ ਛੜੀ ਹੈਗੀ ਹੈ ਕਿ ਉਹ ਪ੍ਰਧਾਨ ਬਣ ਕੇ ਉਸ ਤੋਂ ਬਾਅਦ ਉਹ ਮੁੱਖ ਮੰਤਰੀ ਦਾ ਚਿਹਰਾ ਵੀ ਹੋਣਗੇ ਸਾਰੇ ਕਾਂਗਰਸੀਆਂ ਦੇ ਵਿੱਚ ਚਰਚਾ ਕਿ ਪੰਜਾਬ ਦੀ ਆਰਥਿਕ ਹਾਲਤ ਇੰਨੀ ਪਤਲੀ ਹੈ ਕਿ ਉਸ ਨੂੰ ਸੁਧਾਰ ਸਕਣਗੇ ਨੌਸਰ ਸਿੱਧੂ ਕੋਲੇ ਕਿਹੜਾ ਇਹੋ ਜਿਹਾ ਉਹ ਮੰਤਰ ਹੈਗਾ ਮੈਂ ਉਸ ਨੂੰ ਮੰਤਰ ਸ਼ਬਦ ਨਹੀਂ ਵਰਤਣਾ ਚਾਹੁੰਦਾ ਸੀਗਾ ਮੈਂ ਵਰਤਣਾ ਕਿਹੜਾ ਉਹਨਾਂ ਕੋਲ ਰੋਡ ਮੈਪ ਹੈਗਾ ਕਿਹੜਾ ਬਲੂਪ੍ਰਿੰਟ ਹੈ ਜਿਹੜਾ ਪੰਜਾਬ ਦੇ ਲਈ ਜਿਹੜਾ ਪੰਜਾਬ ਮਾਡਲ ਦੀ ਗੱਲ ਕੀਤੀ ਜਾ ਰਹੀ ਹੈ ਇਹ ਇੱਕ ਸਿਆਸੀ ਤੌਰ ਤੇ ਤਾਂ ਬਹੁਤ ਵਧੀਆ ਸ਼ਬਦ ਲੱਗਦਾ ਹੈ ਪੰਜਾਬ ਮਾਡਲ ਦਿੱਲੀ ਮਾਡਲ ਪਰ ਅਸਲ ਵਿੱਚ ਇਸ ਮਾਡਲ ਦੇ ਵਿੱਚ ਹੈ ਕੀ ਹੈ ਮਾਲੀ ਸਾਹਿਬ ਸਵਾਲ ਤੇ ਹੈ ਮੈਂ ਤਾਂ ਪੰਜਾਬ ਦੇ ਏਜੰਡੇ ਤੇ ਵਾਪਸ ਆ ਰਿਹਾ ਸਰ ਜਿੱਥੋਂ ਪੰਜਾਬ ਦੇ ਏਜੰਡੇ ਤੋਂ ਅਸੀਂ ਦੂਰ ਜਾ ਰਹੇ ਹਾਂ ਦੇਖੋ ਨਵਜੋਤ ਸਿੰਘ ਸਿੱਧੂ ਜਦੋਂ ਮੰਤਰੀ ਸੀ ਉਹ ਆਪਣੇ ਵਿਚਾਰ ਪੇਸ਼ ਕਰਦਾ ਰਿਹਾ ਵੀ ਸੈਂਡ ਨੀਤੀ ਬਦਲੋ ਸ਼ਰਾਬ ਦੀ ਨੀਤੀ ਬਦਲੋ ਟਰਾਂਸਪੋਰਟ ਨੀਤੀ ਬਦਲੋ ਕੈਬਨ ਨੀਤੀ ਬਦਲੋ ਉਹ ਰੱਦ ਕਰਦੇ ਰਹੇ ਕੈਬਨਟ ਉਸ ਤੋਂ ਬਾਅਦ ਚਲੋ ਜੋ ਹੋਇਆ ਉਹ ਠੋਕਰ ਮਾਰ ਕੇ ਮੰਤਰੀ ਦੇ ਅਹੁਦੇ ਨੂੰ ਆਪਣੇ ਕਿਲੇ 'ਚ ਜਾ ਬੈਠਿਆ ਇਤਿਹਾਸ ਇਹ ਦੱਸਦਾ ਜਿਹੜੇ ਹਿਸਾਬ ਨਾਲ ਨਵਜੋਤ ਸਿੰਘ ਸਿੱਧੂ ਨੇ ਸੱਤਾ ਦੀਆਂ ਪੇਸ਼ ਕਿਸੇ ਨੂੰ ਠੋਕਰ ਮਾਰੀ ਆ ਰਾਜ ਸਭਾ ਉਹਨੇ ਛੱਡੀ ਮੰਤਰੀਪਨ ਪਦ ਉਹਨੇ ਛੱਡਿਆ ਤੇ ਕਹਿੰਦਾ ਨਵਜੋਤ ਸਿੰਘ ਚੁੱਪ ਨਹੀਂ ਹੋ ਸਕਦਾ ਤੇ ਫਿਰ ਇਹ ਬੋਲਣ ਲੱਗੇ ਬਈ ਚੁੱਪ ਕਿਉਂ ਰਹਿ ਗਿਆ ਜੇ ਜੇ ਤਾਂ ਤੁਸੀਂ ਉਹਦਾ ਅਜੰਡਾ ਦੇਖਣਾ ਉਹ ਉਹਨੇ ਦੱਸਿਆ ਵੀ ਮੈਂ ਆ ਚੀਜ਼ਾਂ ਉਹਦੇ ਰੱਖੀਆਂ ਸੀ ਕਰਤਾਰਪੁਰ ਲਾਂਘੇ ਬਾਰੇ ਸਾਰਾ ਸਾਰਾ ਨੈਸ਼ਨਲ ਮੀਡੀਆ ਤੁਸੀਂ ਉਹਨੂੰ ਨਿਰਪੱਖ ਮੀਡੀਆ ਕਹ ਲਓ ਗੋਦੀ ਮੀਡੀਆ ਹੱਥ ਧੋਕੇ ਉਹਦੇ ਮਗਰ ਪਿਆ ਬੀਬੀ ਹਰ ਸਿਮਰਤ ਕੌਰ ਤੇ ਕੈਪਟਨ ਅਮਰਿੰਦਰ ਸਿੰਘ ਫੌਜੀ ਨੇ ਪੂਰਾ ਡਟ ਕੇ ਉਹਦਾ ਵਿਰੋਧ ਕੀਤਾ ਆਪਾਂ ਤਾਂ ਕਹਿੰਨਾ ਮੈਂ ਇੰਚ ਨਹੀਂ ਫਿੱਲੇ ਪਿੱਛੇ ਹਟਦਾ ਉਹ 1 ਸੈਂਟੀਮੀਟਰ ਪਿੱਛੇ ਹਟਿਆ ਦੂਜੀ ਗੱਲ ਉਹਦਾ ਏਜੰਡਾ ਕੀ ਆ ਉਹਨੇ ਇਹ ਕਿਹਾ ਵੀ ਪੰਜਾਬ ਦਾ ਖੇਤੀ ਮਾਡਲ ਬਦਲਣਾ ਪੈਣਾ ਬਾਰਡਰ ਖੋਲਣਾ ਪੈਣਾ ਬਾਰਡਰ ਖੋਲਣਾ ਇਹ ਤਾਂ ਦਿੱਲੀ ਸਰਕਾਰ ਨਹੀਂ ਹੈ ਨਾ ਜੀ ਹੁਣ ਕਈ ਕਹਿੰਦੇ ਨੇ ਸਿੱਧੂ ਕੀ ਬਾਰਡਰ ਖੋਲਦੂ ਇਹ ਨਹੀਂ ਹੁੰਦਾ ਹੁੰਦਾ ਬਿਲਕੁਲ ਠੀਕ ਹੈ ਤੁਹਾਡੀ ਗੱਲ ਕਿ ਮਿਸਟਰ ਸਿੱਧੂ ਨੇ ਦਾ ਬਾਰਡਰ ਨਹੀਂ ਖੋਲ ਦੇਣਗੇ ਪਰ ਪ੍ਰਧਾਨ ਬਣ ਤੋਂ ਬਾਅਦ ਨਾ ਤਾਂ ਮਿਸਟਰ ਸਿੱਧੂ ਨੇ ਕਰਤਾਰਪੁਰ ਲਾਂਘੇ ਦਾ ਕੋਈ ਜ਼ਿਕਰ ਕੀਤਾ ਨਾ ਵਪਾਰਕ ਲਾਂਘਿਆਂ ਦਾ ਜ਼ਿਕਰ ਕੀਤਾ ਕੋਈ ਕਿਸੇ ਮੁੱਦੇ ਤੇ ਉਹਨਾਂ ਦੀ ਸਟੇਟਮੈਂਟ ਨਹੀਂ ਆਈ ਅੱਜ ਜੀ ਕਰਮਾਲੀ ਸਾਹਿਬ ਇਹ ਸਟੇਟਮੈਂਟ ਤੁਸੀਂ ਇਹ ਕਹਿ ਸਕਦੇ ਹੋ ਕਿ ਹਰ ਮੁੱਦੇ ਤੇ ਸਮਾਂ ਪਾ ਕੇ ਜਾਂ ਸਮੇਂ ਦੀ ਲੋੜ ਅਨੁਸਾਰ ਬੋਲਣਾ ਹੁੰਦਾ ਮਿਸਟਰ ਮਾਲੀ ਜਿਹੜਾ ਉਹਨਾਂ ਦਾ ਸਭ ਤੋਂ ਵੱਡਾ ਏਜੰਡਾ ਜਿਹੜੇ ਪੰਜਾਬ ਦੇ ਹਰ ਚਾਰ ਦਿਓ ਗੱਲ ਕਰਦੇ ਆ ਖੇਤੀ ਮਾਡਲ ਦੀ ਗੱਲ ਕਰਦੇ ਉਸ ਤੇ ਚੁੱਪ ਬੈਠੇ ਹੋਏ ਆ ਮਾਲੀ ਸਾਹਿਬ ਕੀ ਪੀਜੀ ਹਰ ਇੱਕ ਸਮੇਂ ਤਰਜੀਹਾਂ ਬਦਲਦੀਆਂ ਰਹਿੰਦੀਆਂ ਨੇ ਮੈਂ ਨਵਜੋਤ ਸਿੰਘ ਸਿੱਧੂ ਨੂੰ ਇਹ ਸਲਾਹ ਦੇ ਦੂੰ ਬਈ ਹਰ ਇੱਕ ਭਾਸ਼ਣ ਦੇਣ ਤੋਂ ਪਹਿਲਾਂ ਇਹ ਕਹਿ ਦਿਆ ਕਰੋ ਹੁਣ ਤੱਕ ਜੋ ਮੈਂ ਬੋਲਿਆ ਦੀ ਉਹਨੂੰ ਬੋਲਿਆ ਮੰਨ ਲਿਆ ਜਾਵੇ ਅੱਜ ਦੀਆਂ ਲੋੜਾਂ ਇਹ ਨੇ ਮੈਂ ਦੇ ਦੂੰ ਸਲਾਹ ਜੋ ਫਿਰ ਫਿਰ ਤਾਂ ਇਹ ਬਹੁਤ ਸਵਾਲ ਹੋਣਗੇ ਫਿਰ ਤਾਂ ਉਹਨਾਂ ਦੇ ਸਾਰੇ ਸਵਾਲ ਉੱਠ ਜਾਣਗੇ ਜੇ ਤੁਸੀਂ ਇਹ ਲਾਈਨ ਉਹਨਾਂ ਨੂੰ ਦੇ ਦੋਗੇ ਉੱਠਣਗੇ ਸਵਾਲ ਜੋ ਨਵਜੋਤ ਸਿੰਘ ਸਿੱਧੂ ਨਵਜੋਤ ਸਿੰਘ ਸਿੱਧੂ ਦੇ ਵਿਚਾਰਾਂ ਤੇ ਆਲੋਚਨਾ ਹੋਣੀ ਚਾਹੀਦੀ ਫਿਰ ਕੌਣ ਕੈਪਟਨ ਵਾਲਾ ਸਵਾਲ ਵੀ ਨਹੀਂ ਕਦੇ ਖਤਮ ਹੋਣਾਗਾ ਨਹੀਂ 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 ਇਹ ਤਾਂ ਰਹਿਣਗੇ ਦੇਖੋ ਇੱਕ ਲੜਾਈ ਚੱਲਦੀ ਆ ਲੜਾਈ ਚ ਮਸਲੇ ਹੱਲ ਹੁੰਦੇ ਆ ਨਾ ਜੀ ਉਹਨੇ ਦੇਖੋ ਨਵਜੋਤ ਸਿੰਘ ਸਿੱਧੂ ਆਪ ਦੇ ਆਪ ਚ ਕੀ ਚੀਜ਼ ਆ ਉਹਦੇ ਵਿਚਾਰ ਨੇ ਉਹਦੀ ਸਟਰਗਲ ਆ ਉਹਦੀ ਉਹਦੀ ਇਮਾਨਦਾਰੀ ਆ ਸਟੈਂਡ ਡਟ ਕੇ ਲੈਣ ਦੀ ਆ ਤੁਸੀਂ ਕਹਿੰਦੇ ਹੋ ਪਾਰਟੀਆਂ ਬਦਲ ਗਿਆ ਪਾਰਟੀਆਂ ਬਦਲ ਕੇ ਉਹਨੇ ਵੱਡੀ ਸੱਤਾ ਹਾਸਲ ਕੀਤੀ ਆ ਲੜਾਈ ਉਹ ਲੜੀਆ ਨਾ ਜੀ ਨਹੀਂ ਪ੍ਰਧਾਨ ਮੰਤਰੀ ਦੇ ਡਿਮੋਸ਼ਨ ਹੋਈ ਆ ਪ੍ਰਮੋਸ਼ਨ ਹੋਈ ਆ ਸਿੱਧੂ ਸਾਹਿਬ ਦੀ ਨਹੀਂ ਨਹੀਂ ਪ੍ਰਮੋਸ਼ਨ ਪ੍ਰਮੋਸ਼ਨ ਇਹ ਗੱਲਾਂ ਹੋਰ ਹੁੰਦੀਆਂ ਇੱਕ ਉਹਦੇ ਕੋਲੇ ਸ਼ਕਤੀ ਆਈ ਆ ਜਦੋਂ ਉਹ ਕਹਿੰਦਾ ਮੇਰਾ ਪੰਜਾਬ ਜਦੋਂ ਉਹ ਕਹਿੰਦਾ ਹੋਰ ਗੱਲਾਂ ਸਭ ਪਿੱਛੋਂ ਨੇ ਪੰਜਾਬ ਪਿਆਰਾ ਪਹਿਲਾਂ ਹੈ ਉਹਦੇ ਕੋਲੇ ਇੱਕ ਸ਼ਕਤੀ ਆਈ ਆ ਵੀ ਤੂੰ ਪਹਿਲਾਂ ਆਪਣੀ ਪਾਰਟੀ ਨੂੰ ਆਪਣੇ ਵਿਚਾਰਾਂ ਦੀ ਲਾਈਨ ਤੇ ਲੈ ਕੇ ਸਿੱਧੂ ਸਾਹਿਬ ਦਾ ਏਜੰਡਾ ਪੰਜਾਬ ਹੈ ਜਾਂ ਕੁਰਸੀ ਆ ਵਿਚਾਰ ਦੇ ਨਾਲ ਕੁਰਸੀ ਜੁੜੀ ਹੁੰਦੀ ਆ ਵਿਚਾਰ ਮੇਰਿਆਂ ਦੀ ਜਿੱਤ ਹੋ ਗਈ ਮੈਂ ਕਿਹਨੂੰ ਕਹਿੰਪੀ ਜੀ ਰਾਜ ਤੁਸੀਂ ਕਰ ਲੋ ਅਜੇ ਇਤਿਹਾਸ ਚ ਕਿਤੇ ਹੋਇਆ ਬਾਅਦ ਤੋਂ ਬਾਅਦ ਕਾਮਰੇਡ ਰੌਲਾ ਪਾਉਂਦੇ ਨੇ ਨਾ ਉਹਨਾਂ ਦੀ ਪਾਰਟੀ ਜਿੱਦੋਂ ਦਾ ਵਿਚਾਰਾਂ ਦਾ ਘੋਲ ਚੱਲਦਾ ਜਿਹੜੇ ਵਿਚਾਰ ਜਿੱਤ ਜਾਂਦੇ ਨੇ ਮੈਂ ਮੈਂ ਇੱਕ ਮਿੰਟ ਜਿਹੜੇ ਵਿਚਾਰ ਜਿੱਤ ਜਾਂਦੇ ਨੇ ਲੀਡਰਸ਼ਿਪ ਬਦਲਦੇ ਨਹੀਂ ਮੈਂ ਸਮਝਾ ਵਿਚਾਰ ਕੁਰਸੀ ਤੇ ਏਜੰਡਾ ਪੰਜਾਬ ਇਹ ਆ ਇਹ ਸਟਰਗਲ ਆ ਚਲੋ ਇਹ ਸਟਰਗਲ ਆ ਸਟਰਗਲ ਦੇ ਵਿੱਚੋਂ ਪਹਿਲਾਂ ਵਿਚਾਰਾਂ ਦੀ ਜਿੱਤ ਹੁੰਦੀ ਆ ਫਿਰ ਵਿਚਾਰਾਂ ਨੂੰ ਲਾਗੂ ਕਰਨ ਦਾ ਮੌਕਾ ਮਿਲਦਾ ਉਹਨਾਂ ਨੂੰ ਲੋਕਾਂ ਦੇ ਮਨ ਚ ਬਸਾਉਣ ਦਾ ਮੌਕਾ ਮਿਲਦਾ ਫਿਰ ਜੇ ਉਹ ਤੇ ਤੁਹਾਨੂੰ ਸੱਤਾ ਮਿਲਦੀ ਆ ਜੇ ਮੁੱਖ ਮੰਤਰੀ ਤੁਸੀਂ ਬਣਦੇ ਹੋ ਫਿਰ ਲਾਗੂ ਕਰਨ ਦਾ ਮੌਕਾ ਮਿਲਦਾ ਜੇ ਮਨ ਬਚਨ ਕਰਮ ਦੇ ਵਿੱਚ ਸ਼ੁੱਧੀ ਹੋ ਠੀਕ ਹੋ ਤਾਂ ਲੋਕ ਉਹ ਚੁਣ ਲੈਣਗੇ ਨਹੀਂ ਜਿਵੇਂ ਪਹਿਲਾਂ ਆਏ ਉਡਾਤੇ ਆਮ ਆਦਮੀ ਪਾਰਟੀ ਆਉਣ ਤੀ ਪਹਿਲਾਂ ਉਡਾਤੀ ਨਾ ਜੀ ਸੋ ਇਸ ਕਰਕੇ ਸਿੱਧੂ ਨੂੰ ਉਡਾ ਦੇਣਗੇ ਚਲ ਇੱਕ ਹੋਰ ਛੋੜਾ ਬ੍ਰੇਕ ਲਵਾਂਗਾ ਮਿਸਟਰ ਮਾਲੀ ਬਹੁਤ ਬੇਬਾਕੀ ਲਈ ਜਾਣੇ ਜਾਂਦੇ ਆ ਮਿਸਟਰ ਮਾਲੀ ਨੂੰ ਬਹੁਤ سارے ਸਵਾਲ ਹੁਣੇ ਲਾਜ਼ਮੀ ਆ ਕਿਉਂਕਿ ਮਿਸਟਰ ਮਾਲੀ ਮੈਂ ਵਾਰ-ਵਾਰ ਇਹ ਗੱਲ ਕਹਿ ਰਿਹਾ ਕਿ ਸਾਡੇ ਕੋਲੇ ਅਕਸਰ politcal commenter ਤੌਰ ਤੇ ਬਹੁਤ ਵੱਡੇ ਵੱਡੇ ਮੁੱਦੇ ਚੱਕਦੇ ਰਿਹਾ ਕਿਤੇ ਇਹ ਮੁੱਦੇ ਉਹ ਵਿਸਾਰਤਾ ਨੇ ਜਾਣ ਕੇ ਜਾਂ ਉਹਨਾਂ ਦੀ ਸਲਾਹਾਂ ਮਿਸਟਰ ਸਿੱਧੂ ਤੱਕ ਜਾਣ ਗਈਆਂ ਕਿ ਨਹੀਂ ਜਾਣ ਕਿਆਂ ਜਾਂ ਮਿਸਟਰ ਸਿੱਧੂ ਸਲਾਹ ਮੰਨਦੇ ਵੀ ਹੈ ਕਿ ਨਹੀਂ ਸਵਾਲੇ ਵੀ ਹੈਗਾ ਵਾਪਸ ਆ ਰਿਹਾ ਇੱਕ ਵਾਰ ਫਿਰ ਤੁਹਾਡਾ ਸਵਾਦ ਕਰਦੇ ਆ ਸਿੱਧੂ ਦੇ ਸਲਾਹ ਕਰ ਕਿਹੜਾ ਅਜੰਡਾ ਕਰ ਰਹੇ ਨੇ ਤੇ ਔਰ ਇਸ ਸਵਾਲ ਤੇ ਅਸੀਂ ਡਿਬੇਟ ਕਰ ਰਹੇ ਹਾਂ ਮਿਸਟਰ ਮਾਲੀ ਦੇ ਨਾਲ ਉਹਨਾਂ ਨਾਲ ਚਰਚਾ ਕਰ ਰਹੇ ਹਾਂ ਮਿਸਟਰ ਮਾਲੀ ਅ ਸਾਰੇ ਸਵਾਲ ਮੈਂ ਤੁਹਾਨੂੰ ਕਰ ਚੁੱਕੇ ਹਾਂ ਇਹ ਪਾਵਰ ਸੈਂਟਰ ਦੀ ਦੌੜ ਤੱਕ ਇਸ ਨੂੰ ਸੀਮਤ ਰੱਖ ਕੇ ਕਿਉਂ ਦੇਖਿਆ ਜਾ ਰਿਹਾ ਮਿਸਟਰ ਮਾਲੀ ਇਸ ਬਾਰੇ ਕੀ ਸੋਚਦੇ ਆ ਅਸਲ ਦੇ ਵਿੱਚ ਨਾ ਜੀ ਇਹ ਸਾਰੀ ਮੁੱਦਿਆਂ ਤੋਂ ਭਟਕਾਉਣ ਦੀ ਰਾਜਨੀਤੀ ਆ ਦੋ ਪਾਵਰ ਸੈਂਟਰ ਬਣ ਗਏ ਜੀ ਕੁਰਸੀ ਦੀ ਲੜਾਈ ਆ ਜੀ ਇਹ ਉਹਦੀ ਲੜਾਈ ਆ ਮੈਂ ਤੁਹਾਨੂੰ ਜਦੋਂ ਮੈਂ ਪਹਿਲਾਂ ਕਿਹਾ ਨਾ ਵੀ ਅਸੀਂ ਬੌਧਕ ਕੰਗਾਲੀ ਦਾ ਸ਼ਿਕਾਰ ਆ ਸਾਡਾ ਦਿਮਾਗ ਦਾ ਰਿਸਪੌਂਸ ਸਿਸਟਮ ਕੱਚਰ ਕਰ ਲਿਆ ਮਤਲਬ ਅਸੀਂ ਐਕਸ਼ਨ ਦਾ ਰਿਐਕਸ਼ਨ ਨਹੀਂ ਰਾਜਨੀਤੀ ਕਰਦੇ ਆ ਅਸੀਂ ਰਿਸਪੌਂਡ ਦੀ ਰਾਜਨੀਤੀ ਨਹੀਂ ਕਰਦੇ ਖੜੋ ਸੋਚੋ ਵਿਚਾਰੋ ਤੇ ਬੋਲੋ ਸੰਵਾਦ ਮੁੱਕ ਗਿਆ ਸੰਵਾਦ ਮੁੱਕ ਗਿਆ ਬਾਬੇ ਗੁਰਨਾਨਕ ਦੀ ਧਰਤੀ ਤੋਂ ਜਿਨੇ ਕਹੇ ਸੀ ਕਿਛ ਸੁਣੀਏ ਕਿਛ ਕਹੀਏ ਰੋਸ ਨਾ ਕੀਜੇ ਉੱਤਰ ਦੀਜੇ ਕੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਈ ਹੁਣ ਅਸੀਂ ਕਿਸੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਜੀ ਨਹੀਂ ਸਿੱਧੂ ਸਿੱਧੂ ਸਾਹਿਬ ਦੀ ਤੁਸੀਂ ਗੱਲ ਕਰਦੇ ਹੋ ਸਿੱਧੂ ਸਾਹਿਬ ਦੇ ਸੰਵਾਦ ਦੇ ਬਾਰੇ ਹੀ ਮੈਂ ਗੱਲ ਕਰਨਾ ਚਾਹੁੰਦਾ ਸਿੱਧੂ ਸਾਹਿਬ ਇਹ ਸੰਵਾਦ ਉਦੋਂ ਕਰਦੇ ਜੇ ਸਿੱਧੂ ਸਾਹਿਬ ਨੂੰ ਜ਼ਰੂਰਤ ਹੈ ਇਹ ਕੀ ਸਟਾਈਲ ਹੈ ਮਿਸਟਰ ਸਿੱਧੂ ਦਾ ਕਿਉਂ ਨਹੀਂ ਉਸ ਤਰੀਕੇ ਉਹ ਪੇਸ਼ ਹੁੰਦੇਗੇ ਕਈ ਵਾਰੀ ਉਹ ਮੌਨਤਾ ਨਿਕਾਲ ਲੈਂਦੇ ਐ ਕਈ ਵਾਰੀ ਬੋਲਦੇ ਨਹੀਂਗੇ ਫਿਰ ਉਹ ਚੂਜ਼ ਕਰਦੇ ਆ ਕਿ ਮੈਂ ਕਿਹੜੇ মিডিਆ ਨਾਲ ਗੱਲ ਕਰਨੀ ਆ ਮੈਂ ਨਹੀਂ ਕਹਿੰਦਾ ਮੇਰੇ ਨਾਲ ਗੱਲ ਕਰ ਮੈਨੂੰ ਕੋਈ ਜ਼ਰੂਰਤ ਨਹੀਂ ਹੈਗੀ ਮਿਸਟਰ ਮਾਲੀ ਮੇਰਾ ਸਵਾਲ ਸਾਰਿਆਂ ਦਾ ਇੱਕ ਮੀਡੀਆ ਦੇ ਵਿੱਚ ਚਰਚਾ ਚੱਲਦੀ ਆ ਮੈਂ ਸਿੱਧੂ ਚੂਜ਼ ਕਰਦੇ ਆ ਕਿ ਮੈਂ ਸਿਰਫ ਪੰਜ-ਸੱਤ ਬੰਦਿਆਂ ਨਾਲ ਗੱਲ ਕਰਨੀ ਐਸ ਤੋਂ ਲਾ ਮੈਂ ਗੱਲ ਨਹੀਂ ਕਰਨੀ ਸੰਵਾਦ ਤੋਂ ਮੈਂ ਸਿੱਧੂ ਕੋ ਭਾਜਦੇ ਆ ਦੇਖੋ ਜੀ ਇੱਕ ਗੱਲ ਆ ਹਾਂ ਮਾਲੀ ਆਪਣੇ ਥਾਂ ਨਵਜੋਤ ਸਿੰਘ ਸਿੱਧੂ ਆਪਣੇ ਥਾਂ ਉਹ ਇੱਕ ਪਾਰਟੀ ਦੇ ਵਿੱਚ ਨੇ ਉਹ ਵਿਧਾਇਕ ਨੇ ਉਹਨਾਂ ਦੀ ਜ਼ਿੰਮੇਵਾਰੀ ਆ ਉਹਨਾਂ ਨੇ ਪਾਰਟੀ ਡਿਸਿਪਲਿਨਰੀ ਦੇਖਣਾ ਪਰ ਪਾਰਟੀ ਦੇ ਸਾਹਮਣੇ ਸਵਾਲ ਵੀ ਖੜੇ ਕਰਨੇ ਨੇ ਜੇ ਉਹ ਬੋਲਦੇ ਆ ਫਿਰ ਆਪਾਂ ਕਹਿੰਨਾ ਦੇਖੋ ਜੀ ਡਿਸਿਪਲਨ ਤੋੜਦਾ ਜੋ ਚੁੱਪ ਕਰਦਾ ਆਪਾਂ ਕਹਿੰਨੇ ਇਹ ਇਹਦਾ ਮਤਲਬ ਇਹਦੀ ਕਮਿਟਮੈਂਟ ਨਹੀਂ ਇਹ ਚੁੱਪ ਕਿਉਂ ਕਰ ਗਿਆ ਇਹ ਤਾਂ ਖਾਂਦੇ ਦੀ ਦਾੜੀ ਹਿੱਲਦੀ ਵਾਲੀ ਗੱਲ ਆ ਤੁਸੀਂ ਮੈਨੂੰ ਇਹ ਦੱਸੋ ਕਾਂਗਰਸ ਪਾਰਟੀ ਮੈਂ ਵੀ ਕਹਿੰਨਾ ਹਾਈ ਕਮਾਂਡ ਆ ਉੱਥੇ ਮੈਂ ਅੱਜ ਵੀ ਕਹਿੰਨਾ ਹਾਈ ਕਮਾਂਡਾਂ ਸਾਡੇ ਦੇਸ਼ 'ਚ ਬੱਚੇ ਖਾਣੀਆਂ ਸੱਪਣੀਆਂ ਨੇ ਇਹ ਸਥਾਨਕ ਲੀਡਰਸ਼ਿਪ ਨੂੰ ਉੱਭਰ ਨਹੀਂ ਦਿੰਦੀਆਂ ਇਹਨਾਂ ਨੇ ਬੜਾ ਨੁਕਸਾਨ ਕੀਤਾ ਬੜੀ ਸਮੱਸਿਆ ਇਹਦੇ ਵਿੱਚ ਵੀ ਫੈਡਰਲ ਪਹੁੰਚ ਦੀ ਲੋੜ ਆ ਸਿੱਧੂ ਨੇ ਆਪਦੇ ਹਿਸਾਬ ਨਾਲ ਦੇਖਣਾ ਵੀ ਅੱਜ ਕਿਹੜਾ ਮਸਲਾ ਕਿਹੜੀਆਂ ਮੰਗਾਂ ਨੇ ਆਪਾਂ ਉਹ ਤੇ ਗੱਲ ਕਰੀਏ ਹੁਣ ਗੱਲ ਤਾਂ ਇਥੇ ਹੋ ਰਹੀ ਆ ਕਰਤਾਰਪੁਰ ਦੇ ਲਾਂਘੇ ਦੀ ਤੁਸੀਂ ਕਹੀਂ ਇਨਕਲਾਬ ਜਿੰਦਾਬਾਦ ਤੇ ਖਾਲਿਸਤਾਨ ਦੇ ਨਾਰੇ ਲਾਈ ਜਾਓ ਇਹਦੀ ਕੋਈ ਰੈਲੇਵੈਂਸੀ ਹੈ ਕਿਹੜੇ ਮੌਕੇ ਸਮਾਜ ਨੂੰ ਕਿਹੜੀ ਲੋੜ ਆ ਜੇ ਨਵਜੋਤ ਸਿੰਘ ਸਿੱਧੂ ਦੇ ਵਿਚਾਰ ਨੇ ਜੀ ਤੁਹਾਡੇ ਸਾਹਮਣੇ ਨੇ ਜੇ ਹਾਈ ਕਮਾਂਡ ਨੇ ਉਹਨਾਂ ਨੂੰ ਇੱਕ ਰੁਤਬਾ ਦਿੱਤਾ ਇੱਕ ਤਾਂ ਹਾਈ ਕਮਾਂਡ ਦੀ ਇਹ ਲੋੜ ਆ ਉਨੇ ਵੋਟਾਂ 'ਚ ਜਿੱਤਣਾ ਕਿਉਂਕਿ ਵੋਟਾਂ ਰਾਹੀਂ ਉਹਨੇ ਸੱਤਾ ਹਾਸਲ ਕਰਨੀ ਆ ਵੋਟਾਂ ਹਾਸਲ ਕਰਨ ਲਈ ਰਣਨੀਤੀ ਬਦਲਨੀ ਉਹ ਕੋਈ ਗਨਾਹ ਨਹੀਂ ਹੁਣ ਕਹੀ ਇਹ ਤਾਂ ਜੀ ਸਿਰਫ ਚੋਣਾਂ ਖਾਤਰ ਆ ਤੇ ਜਿਹੜੀਆਂ ਬਾਕੀ ਪਾਰਟੀਆਂ ਨੇ ਉਹ ਨਹੀਂ ਚੋਣਾਂ ਖਾਤਰ ਕਰਦੀਆਂ ਸੋ ਚੋਣ ਹੁਣ ਤੁਸੀਂ ਅਕਾਲੀ ਦਲ ਨੇ ਬਸਪਾ ਨਾਲ ਐਲਾਈਅੰਸ ਕੀਤਾ ਲੈ ਹੁਣ ਤਾਂ ਸਵਾਲ ਇਹ ਆ ਵੀ ਐਲਾਈਅੰਸ ਕੀਤਾ ਕਿ ਇਹ ਕੋਈ ਮਾਇਆ ਧਾਰੀ ਗੱਠ ਜੋੜ ਹੋਇਆ ਸੋ ਅੱਡ ਅੱਡ ਬਾਰੇ ਅੱਡ ਅੱਡ ਸਵਾਲ ਉੱਠਣਗੇ ਸੋ ਨਵਜੋਤ ਸਿੰਘ ਸਿੱਧੂ ਸਿੱਧੂ ਆ ਮੇਰੀਆਂ ਗੱਲਾਂ ਪ੍ਰਤੀ ਉਹ ਜਵਾਬ ਦੇ ਨਹੀਂ ਉਹਨਾਂ ਦੀ ਹਰ ਗੱਲ ਪ੍ਰਤੀ ਮੈਂ ਜਵਾਬ ਦੇ ਨਹੀਂ ਕਿਉਂਕਿ ਸਾਡਾ ਰਿਸ਼ਤਾ ਮੈਂ ਉਹਨਾਂ ਦਾ ਸਪੋਕਸਮੈਨ ਨਹੀਂ ਤੇ ਉਹ ਮੇਰੀ ਹਰ ਗੱਲ ਨੂੰ ਵਿਆਖਿਆ ਕਰਨ ਲਈ ਜਾਂ ਡਿਫੈਂਡ ਕਰਨ ਲਈ ਬੱਝੇ ਨਹੀਂ ਹੋਏ ਇਸ ਕਰਕੇ ਜਿਹੜੀਆਂ ਨਵੀਆਂ ਗੱਲਾਂ ਹੋ ਰਹੀਆਂ ਇਹਨਾਂ ਨੂੰ ਨਵੇਂ ਤਰੀਕੇ ਨਾਲ ਸੋਚਣ ਦੀ ਲੋੜ ਹੈ ਮੈਂ ਬੇਨਤੀ ਮੀਡੀਆ ਨੂੰ ਵੀ ਕਰਦਾ ਫੇਸਬੁੱਕ ਕੀ ਵਿਦਵਾਨਾਂ ਨੂੰ ਵੀ ਕਰਦਾ ਵੀ ਗੱਲ ਨੂੰ ਸੋਚੋ ਸਮਝੋ ਵਿਚਾਰੋ ਸੋਚ ਕੇ ਤੁਸੀਂ ਉਹਦੀ ਅਲੋਚਨਾ ਕਰੋ ਸਾਡਾ ਕੀ ਆ ਜੀ ਜਿੰਨੇ ਸਭ ਤੋਂ ਵੱਧ ਅਕਲ ਦੇ ਅੰਨੇ ਉਨੂੰ ਹੀ ਫਤਵੇਵਾ ਜੀ ਬਿਕ ਗਿਆ ਜੀ ਮਾਲੀ ਹੋ ਗਿਆ ਮਾਲੋ ਮਾਲ ਇਹਨੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਸੀ ਵੀ ਤਾਂ ਕਿ ਸਿੱਧੂ ਦਾ ਮੈਂ ਸਲਾਹਕਾਰ ਬਣ ਜੂ ਮੁਰਕੇ ਸਿੱਧੂ ਮੁੱਖ ਮੰਤਰੀ ਬਣ ਜੂ ਮੁਰਕੇ ਮੀਡੀਆ ਸਲਾਹਕਾਰ ਬਣ ਜੂ ਮੈਂ ਤਾਂ ਕਹਿੰਦਾ ਇਹਨਾਂ ਨੂੰ ਜੋਤਿਸ਼ ਦੀਆਂ ਦੁਕਾਨਾਂ ਖੋਲ ਲੈਣੀਆਂ ਚਾਹੀਦੀਆਂ ਉਦੋਂ ਉਦੋਂ ਪਤਾ ਸੀ ਵੀ ਸਿੱਧੂ ਪ੍ਰਧਾਨ ਬਣੂ ਮਿਸਟਰ ਮਾਲੀ ਅਕ ਤੁਸੀਂ ਕਿਹਾ ਮਾਲਾ ਮਾਲ ਹੋ ਗਿਆ ਹੁਣ ਮੈਂ ਇਹ ਸਵਾਲ ਕਰ ਲਵਾਂ ਕਿਵੇਂ ਮਾਲਾ ਮਾਲ ਹੋਏ ਤੁਸੀਂ ਮੇਰੇ ਤੇ ਦੋਸ਼ ਲਾਇਆ ਜਾਂਦਾ ਆ ਗਿਆ ਆ ਦੋਸ਼ ਦੋਸ਼ ਦੇ ਵਿੱਚ ਸੱਚਾਈ ਕੀ ਹੈ ਨਾ ਨਹੀਂ ਸੱਚਾਈ ਇਹ ਆ ਮੈਂ ਟੌੜਾ ਸਾਹਿਬ ਨਾਲ ਰਿਹਾ ਹਾਂ ਦੋ ਮੁੱਖ ਮੰਤਰੀਆਂ ਨਾਲ ਰਿਹਾ ਹਾਂ ਪਾਵਰ ਤੇ ਰਿਹਾ ਨਾ ਜੀ ਜੇ ਮੈਂ ਅੱਜ ਚੈਲੰਜ ਕਰਦਾ ਨਾਲੇ ਮੇਰੇ ਵਿਰੋਧੀ ਨੇ ਬਾਦਲ ਕੇ ਮਾਲੀ ਨੇ ਕਿਸੇ ਤੋਂ 5 ਪੈਸੇ ਲੈ ਹੁਣ ਮੇਰੇ ਸਾਹਮਣੇ ਲੈ ਕੇ ਆਓ ਮਾਲੀ ਨੇ ਜਦੋਂ ਦੇ ਕੋਲੇ ਤਾਕਤਾਈ ਜਿਹਦੇ ਨਾਲ ਉਹਦੀ ਲੱਗਦੀ ਸੀ ਉਹਦਾ ਕਿਸੇ ਇੱਕ ਦਾ ਨੁਕਸਾਨ ਕੀਤਾ ਹੋਵੇ ਏਸੇ ਕਰਕੇ ਜੇ ਮੈਂ ਵਿੱਕ ਗਿਆ ਦੋਸ਼ ਤਾਂ ਲਾ ਦਿਓ ਜੀ ਤੁਸੀਂ ਹੁਣ ਇਹਦਾ ਕੀ ਕਹਾ ਮੈਂ ਵਿੱਕ ਗਿਆ ਕਹੋ ਸਾਜਿਸ਼ਾ ਜੀ ਇਹ ਇਹ ਲੋਕਾਂ ਲੋਕ अच्छा फिर ਤੁਸੀਂ ਕੱਲ ਨੂੰ ਐ ਨਾ ਕਹਿ ਦਿਓ ਵੀ ਸਿੱਖ ਧਰਮ ਪੈਦਾ ਕੀਤਾ ਗਿਆ ਸੀ ਇਹ ਵੀ ਉਸ ਮੌਕੇ ਦੇ ਸਾਜ਼ਿਸ਼ੀ ਹਾਕਮਾਂ ਦੀ ਵੀ ਇੱਕ ਸਿੱਖ ਧਰਮ ਪੈਦਾ ਕਰੋ ਫਿਰ ਉਹ ਚ ਆਇਆ ਉਹ ਫਿਰ ਆਇਆ ਉਹ ਫਿਰ ਆਇਆ ਉਹ ਫਿਰ ਪੰਜਾਬ ਬਣੂਗਾ ਫਿਰ ਉੱਥੇ ਖਾਲਸਾਤਨ ਨਿਕਲੂ ਫਿਰ ਉਹ ਖਾਲਸਾਤਨ ਨੂੰ ਕੁਚਲਾਂਗੇ ਫਿਰ ਹਿੰਦੁਸਤਾਨ ਮਜ਼ਬੂਤ ਇਹ ਤਰੀਕਾਕਾਰ ਇਹ ਗੱਲਾਂ ਨੂੰ ਸੋਚਣ ਦਾ ਗਤਲ ਏਸੇ ਨੂੰ ਮੈਂ ਕਹਿੰਦਾ ਬਹੁਤ ਕੋਈ ਕੰਗਾਲੀ ਆ ਹੂੰ ਬਹੁਤ ਕੰਗਾਲੀ ਦੇ ਵਿੱਚ ਅਲ ਇੱਕ ਸਵਾਲ ਹੋਰ ਹੈਗਾ ਇਹ ਬਹੁਤ ਕੰਗਾਲੀ ਵਾਲਾ ਸਵਾਲ ਹੈ ਜਾਂ ਜਿਹੜਾ ਮਰਜ਼ੀ ਤੁਸੀਂ ਆਪ ਡਿਸਾਈਡ ਕਰ ਲਿਓ ਉਹ ਪੁੱਛਦੇ ਪਿਆ ਮਾਲੀ ਸਾਹਿਬ ਦੀ ਕੁਰਸੀ ਕਿੱਥੇ ਲੱਗੀ ਆ ਮਾਲੀ ਸਾਹ ਨੂੰ ਤਨਖਾਹ ਕਿੰਨੀ ਮਿਲ ਰਹੀ ਆ ਮਾਲੀ ਸਾਹ ਨੂੰ ਪੱਤੇ ਕਿੰਨੇ ਮਿਲ ਰਿਹਾ ਮਾਲੀ ਸਾਹਿਬ ਨੂੰ ਹੋਰ ਸਹੂਲਤਾਂ ਕਿੰਨੀਆਂ ਮਿਲ ਰਹੀ ਆ ਸਿੱਧੂ ਸਾਹਿਬ ਜਦੋਂ ਮੈਨੂੰ ਮਿਲੇ ਮੈਂ ਉਹਨਾਂ ਨੂੰ ਆਪਣੀ ਸਾਰੀ ਕਹਾਣੀ ਦੱਸੀ ਅੱਛਾ ਮੈਂ ਉਹਨਾਂ ਨੂੰ ਇਹ ਵੀ ਕਿਹਾ ਵੀ ਸਿੱਧੂ ਸਾਹਿਬ ਜੇ ਤੁਸੀਂ ਮੈਨੂੰ ਐ ਨਾਲ ਲਾਓ ਨਾ ਠੀਕ ਆ ਤੁਹਾਨੂੰ ਚੰਗਾ ਵੀ ਲੱਗਦਾ ਹੋ ਪਰ ਤੁਹਾਡੇ ਤੇ ਸਵਾਲ ਵੀ ਖੜੇ ਹੋਣਗੇ ਮੈਂ ਤਾਂ ਆ ਰਿਹਾ ਮੈਂ ਜਦੋਂ ਟੌੜਾ ਸਾਹਿਬ ਮੈਨੂੰ ਲੈ ਕੇ ਆਈ ਸੀ ਨਾ ਇਸੇ ਤਰ੍ਹਾਂ ਸਵੇਰੇ ਅਸੀਂ ਸੁੱਤੇ ਪਏ ਬਾਹਰ ਖੜਕਿਆ ਮੈਂ ਬਾਹਰ ਖੋਲਿਆ ਨੰਗਾ ਮੇਰਾ ਸਿਰ ਮੂਰੇ ਟੌੜਾ ਸਾਹਿਬ ਖੜੇ ਮੈਂ ਤਾਂ ਜੀ ਬੰਦਲ ਗਿਆ ਮੈਂ ਬਿਸਤਰਾ ਜਾ ਇਕੱਠਾ ਕਰ ਬੈ ਜਾ ਬੈ ਜਾ ਚਲੋ ਹੱਲ ਕੀ ਸੀ ਮੈਂ ਉਹਨਾਂ ਨੂੰ ਕਿਹਾ ਟੋੜਾ ਸਾਹਿਬ ਕਹਿੰਦੇ ਆ ਤੂੰ ਅਖਬਾਰਾਂ ਚ ਲਿਖਦਾ ਐ ਕਰਦਾ ਆ ਕਰ ਮੈਂ ਜੀ ਮੇਰਾ ਤਨਖਾਹ ਵੀ ਨਾ ਨਹੀਂ ਸਰਨਾ ਕਹਿੰਦੇ ਠੀਕ ਆ ਮੈਂ ਤਨਖਾਹ ਤੋਂ ਬਿਨਾਂ ਜਿੱਦੇ ਕਿਤੇ ਤੁਹਾਨੂੰ ਪਤਾ ਲੱਗ ਗਿਆ ਵੀ ਮਾਲੀ ਨੇ 500 ਰੁਪਏ ਕਹੇ ਤੋਂ ਲੈ ਲੇ ਤੁਸੀਂ ਐਂ ਕਹਿਣਾ ਮਾਲੀ ਯਾਰ ਪੱਤਰਕਾਰ ਇੱਥੇ ਜਾ ਕੇ ਤੂੰ ਬਹੁਤ ਵਧੀਆ ਰੋਲ ਨਵਾ ਸਕਦਾ ਮੈਂ ਸਿੱਧੂ ਨੂੰ ਕਿਹਾ ਮੈਨੂੰ ਅਹੁਦੇ ਦੀ ਲੋੜ ਨਹੀਂ ਪੱਤੇ ਦੀ ਲੋੜ ਨਹੀਂ ਚੰਡੀਗੜ੍ਹ ਦੇ ਵਿੱਚ ਮੈਨੂੰ ਗੱਡੀ ਦੀ ਲੋੜ ਨਹੀਂ ਮੈਂ ਆਪਣੇ ਪੱਲਿਓ 10000 ਰੁਪਇਆ ਇਹ ਤੁਹਾਡੇ ਮਿਸ਼ਨ ਨੂੰ ਮਹੀਨੇ ਦਾ ਖਰਚ ਕਰ ਸਕਦਾ। ਇਸ ਤੋਂ ਵੱਧ ਮੈਂ ਨਹੀਂ ਕਰ ਸਕਦਾ। ਮੈਨੂੰ ਕੋਈ ਅਹੁਦੇ ਦੀ ਲੋੜ ਨਹੀਂ, ਕਿਸੇ ਦੀ ਲੋੜ ਨਹੀਂ। ਮੈਨੂੰ ਮੈਂ ਮੇਰੀ ਸਾਂਝ ਤੁਹਾਡੇ ਏਜੰਡੇ ਦੇ ਨਾਲ ਆ। ਮੇਰੀ ਆ ਸਾਂਝਾ ਤੁਹਾਡੀ। ਇਹ ਗੱਲ ਹੋਈ ਆ ਜੀ ਜੇ ਤੁਸੀਂ ਕਹੋ ਚਿੱਠੀ ਆ ਨਾ ਤਾਂ ਸਾਡੀ ਕਿਤੇ ਕੁਰਸੀ ਲੱਗਣੀ ਆ ਕਿਉਂਕਿ ਸਲਾਹਕਾਰਾਂ ਨੂੰ ਪਹਿਲੇ ਸਲਾਹਕਾਰ ਵਾਂਗ ਸੋਚਦੇ ਆ ਨਾ ਜੀ ਜਿਵੇਂ ਭਰਤਿੰਦਰ ਚਾਹਲ ਆ ਬੈਂਸ ਸਾਹਿਬ ਤੋਂ ਤੂੰ ਬਿਲਕੁਲ ਵੱਖਰੇ ਆ। ਦੇਖੋ ਬੈਂਸ ਸਾਹਿਬ ਇੱਕ ਬੜੇ ਨਾਈਸ ਬੰਦੇ ਆ। ਮੈਂ ਤੁਹਾਨੂੰ ਦੱਸਾਂ ਉਹ ਤਾਂ ਮੇਰਾ ਬਹੁਤ ਪਿਆਰ ਕਰਦੇ ਆ ਮੇਤੋਂ ਤਾਂ ਕਿਤੇ ਨਾ ਕਿਤੇ ਉਹਨਾਂ ਦੀ ਸ਼ਾਨ ਦੇ ਖਿਲਾਫ ਟਿੱਪਣੀ ਮਤਲਬ ਫੇਸਬੁੱਕ ਤੇ ਕਿਤੇ ਹੋ ਗਈ ਹੋ ਪਰ ਉਹਨਾਂ ਨੇ ਹਮੇਸ਼ਾ ਮੇਰਾ ਸਤਿਕਾਰ ਕੀਤਾ ਚਾਲ ਸਾਹਿਬ ਨੇ ਵੀ ਮੈਨੂੰ ਕਦੇ ਮਾਲੀ ਸਾਹਿਬ ਤੋਂ ਬਿਨਾਂ ਨਹੀਂ ਬੋਲਿਆ ਮੇਰਾ ਬਹੁਤ ਵਧੀਆ ਰਿਲੇਸ਼ਨ ਰਿਹਾ ਸੋ ਇਸ ਕਰਕੇ ਮਾਲਾ ਮਾਲ ਇਹ ਤਾਂ ਹੋ ਗਿਆ ਵੀ ਮੇਰੀ ਜਿਹੜੀ ਆਵਾਜ਼ ਸੀ ਉਹ ਉਹਨੂੰ ਇੱਕ ਪਲੇਟਫਾਰਮ ਮਿਲ ਗਿਆ ਜੀ ਇਤੋਂ 10 ਦਿਨ ਪਹਿਲਾਂ ਅਸੀਂ 30 35 ਬੰਦਿਆਂ ਨੇ ਚੰਡੀਗੜ੍ਹ ਮੀਟਿੰਗ ਕੀਤੀ ਅੱਡ ਅੱਡ ਵਿਚਾਰਾਂ ਵਾਲਿਆਂ ਨੇ ਤੁਸੀਂ ਖਬਰਾਂ ਪੜੀਆਂ ਹੋਣਗੀਆਂ ਅਸੀਂ ਪੰਜਾਬ ਦੇ ਵਿੱਚ ਮੁੱਦਿਆਂ ਦੀ ਸਿਆਸਤ ਵਾਰਨੀਆ ਉਹ ਕਿਹੜਾ ਮੈਨੂੰ ਸਿੱਧੂ ਸਾਹਿਬ ਨੇ ਕਿਹਾ ਸੀ ਸਿੱਧੂ ਸਾਹਿਬ ਬਾਈ ਜੀ ਜਿੱਦ ਦੇ ਮੇਰੇ ਘਰ ਆਏ ਮੇਰੇ ਕੋਲੇ ਉਹਨਾਂ ਦਾ ਟੈਲੀਫੋਨ ਨਹੀਂ ਸੀ ਤੁਹਾਡੇ ਯਾਦ ਆ ਜਿੱਦੇ ਮੈਂ ਤੁਹਾਨੂੰ ਕਿਹਾ ਸੀ ਰਾਜੇਵਾਲ ਦਾ ਟੈਲੀਫੋਨ ਦਿਓ ਮੈਨੂੰ ਜਦੋਂ ਲੋਕ ਕਹਿੰਦੇ ਰਾਜੇਵਾਲ ਮੁੱਖ ਮੰਤਰੀ ਬਣੋ ਮੀਡੀਆ ਸਲਾਹ ਕਰੋ ਤੇ ਤੁਸੀਂ ਮੈਨੂੰ ਕਿਹਾ ਸੀ ਮਾਲੀ ਸਾਹਿਬ ਹੁਣ ਸਾਨੂੰ ਵੀ ਉਂਗਲਾਂ ਤੇ ਚਾਉਣ ਲੱਗ ਗਏ ਮੈਂ ਉੱਦੇ ਤੋਂ ਰਾਜੇਵਾਲ ਦਾ ਤੁਸੀਂ ਰਾਜੇਵਾਲ ਸਾਹਿਬ ਵੀ ਸੁਣਦੇ ਆ ਸਿੱਧੂ ਸਾਹਿਬ ਵੀ ਸੁਣਦੇ ਆ ਅੱਜ ਤੱਕ ਰਾਜੇਵਾਲ ਸਾਹਿਬ ਨਾਲ ਮੇਰੀ ਜਿਵੇਂ ਆਪਣੀ ਗੱਲ ਹੋਈ ਹੈ ਕਦੇ 5 ਮਿੰਟ ਗੱਲ ਨਹੀਂ ਹੋਈ ਜੋ ਮੈਂ ਸਿੱਧੂ ਸਾਹਿਬ ਬਾਰੇ ਕਿਹਾ ਜੇ ਮੈਂ ਆ ਝੂਠ ਬੋਲਦਾ ਹਾਂ ਲੋਕਾਂ ਖਾਤਰ ਸਿੱਧੂ ਸਾਹਿਬ ਚੁੱਪ ਕਰ ਜਾਣਗੇ ਪਰ ਉਹਨਾਂ ਨੂੰ ਇਹ ਤਾਂ ਪਤਾ ਲੱਗ ਜਿਉ ਦੇਖੋ ਮਾਲੀ ਗੱਲ ਕਿਵੇਂ ਬਦਲਦਾ ਝੂਠ ਬੋਲ ਰਿਹਾ ਸੋ ਮੇਰੀ ਆਵਾਜ਼ ਮੇਰੇ ਨਾਲ ਆ ਜੀ ਮੈਂ ਜਵਾਬ ਦੇ ਆ ਆਪਣੀਆਂ ਗੱਲਾਂ ਪ੍ਰਤੀ ਉਹ ਚਲੋ ਅੱਗੇ-ਅਗੇ ਦੇਖਦੇ ਹਾਂ ਹੁੰਦਾ ਹੈ ਇੱਕ ਆਖਰੀ ਸਵਾਲ ਮਿਸਟਰ ਮਾਲੀ ਜਿਹੜਾ ਤੁਹਾਡੇ ਤੇ ਨਿੱਜੀ ਤੌਰ ਤੇ ਚੁੱਕਿਆ ਜਾ ਰਿਹਾ ਹੈ ਸਵਾਲ ਹੋ ਸਕਦਾ ਤੁਹਾਨੂੰ ਕਿਸੇ ਨੇ ਨਾ ਪੁੱਛਿਆ ਪਰ ਮੈਂ ਪੁੱਛ ਰਿਹਾ ਤੁਹਾਡੀਆਂ ਪੁਰਾਣੀਆਂ ਪੋਸਟਾਂ ਜਿੰਦੇ ਵਿੱਚ ਇਤਰਾਜਯੋਗ ਸ਼ਬਦਾਬਲੀ ਹੈ ਭੱਤੀ ਸ਼ਬਦਾਬਲੀ ਹੈ ਉਹ ਬਹੁਤ ਵਾਇਰਲ ਕੀਤੀਆਂ ਜਾ ਰਹੀਆਂ ਹਨ ਉਹਦੇ ਲਈ ਮਿਸਟਰ ਮਾਲੀ ਨੂੰ ਕੋਈ ਅਫਸੋਸ ਹੈ ਕੋਈ ਮਾਫੀ ਮੰਗਣਾ ਚਾਹੁੰਦੇ ਹੋ ਤੁਸੀਂ ਪਹਿਲੀ ਗੱ ਮੈਂ ਅੱਜ ਤੱਕ ਕਿਸੇ ਨੂੰ ਪਹਿਲਾਂ ਗਾਲ ਨਹੀਂ ਕੱਢੀ ਕੋਈ ਹਸਾਬਤ ਕਰ ਦੇ ਦੂਜੀ ਗੱਲ ਜਦੋਂ ਮੈਂ ਗਾਲਾਂ ਕੱਢੀਆਂ ਨੇ ਉਹ ਜਿਉਂਦੇ ਬੰਦੇ ਨਹੀਂ ਹੈਗੇ ਉਹ ਫੇਕ ਆਈਟੀ ਸੈੱਲ ਨੇ ਹਲਕੇ ਕੁੱਤੇ ਸੀ ਜਿਨ੍ਹਾਂ ਨੇ ਉਦੋਂ ਆਮ ਆਦਮੀ ਪਾਰਟੀ ਵੇਲੇ ਜਾਂ ਹੁਣ ਵੀ ਵੀ ਮਾਲੀ ਦੀ ਪੋਸਟ ਨਹੀਂ ਚੱਲਣ ਦੇਣੀ ਮੈਂ ਪੋਸਟ ਪਾ ਕੇ ਮੈਨੂੰ ਮਾਫੀ ਦਿਓ ਇਹ ਭੱਦੀ ਸ਼ਬਦਾਵਲੀ ਤੋਂ ਗਾਲਾਂ ਮੇਰਾ ਕਲਤ ਨਹੀਂ ਪਰ ਇਹ ਬੰਦਿਆਂ ਨੂੰ ਸੂਤ ਕਰ ਲਈ ਹਲਕੇ ਕੁੱਤਿਆਂ ਦੇ ਇੱਟਾਂ ਮਾਰਨੀਆਂ ਪੈਣਗੀਆਂ ਫਿਰ ਮੈਂ ਪੋਸਟ ਪਾਈ ਅੱਜ ਤੋਂ ਬਾਅਦ ਮੈਂ ਕਿਸੇ ਨੂੰ ਗਾਲ ਨਹੀਂ ਕੱਢਣੀ ਜਿਹੜਾ ਮੈਨੂੰ ਗਾਲ ਕੱਢੂ ਮੈਂ ਬਲੌਕ ਕਰੂੰ ਇੱਕ ਅਮਲ ਚੱਲਿਆ ਹੁਣ ਫੇਰ ਆਗੇ ਜੀ ਜਦੋਂ ਫੇਰ ਆਗੇ ਫੇਰ ਮੈਂ ਕਿਹਾ ਵੀ ਯਾਰ ਗਾਲਾਂ ਮੈਨੂੰ ਬਹੁਤ ਕੱਢਦੇ ਨੇ ਮੈਂ ਇੱਕ ਗਾਲ ਜ਼ਰੂਰ ਕੱਢਿਆ ਕਰੂੰ ਨਹੀਂ ਉਹ ਕਹਿੰਦੇ ਨੇ ਭੱਜ ਗਿਆ ਫਿਰ ਆਪਣੀਆਂ ਪੋਸਟਾਂ 'ਤੇ ਲਿਖਦੇ ਨੇ ਐ ਹੋ ਗਿਆ ਐ ਹੋ ਗਿਆ ਚਲੋ ਫੇਰ ਵੀ ਇੱਕ ਤੁਹਾਡੇ ਵਰਗੇ ਸੱਜਣ ਨੇ ਸਵਾਲ ਕੀਤਾ ਮੈਂ ਯਾਰ ਹੁਣ ਤੋਂ ਮੈਂ ਇਹ ਵੀ ਨਹੀਂ ਕੱਢਣੀ ਜਿਹੜੇ ਕਹਿੰਦੇ ਆ ਗਾਲਾਂ ਕੱਢੀਆਂ ਉਹਨਾਂ ਨੂੰ ਸਾਹਮਣੇ ਕਿਉਂ ਨਹੀਂ ਜੀ ਆਉਂਦੇ ਕੋਈ ਬੰਦਾ ਹੈ ਕਿਉਂ ਨਿਕੰਦਾ ਮੈਨੂੰ ਗਾਲਾਂ ਕੱਢੀਆਂ ਉਹ ਸਾਰਾ ਫੇਕ ਆਈਟੀ ਸੀ ਹਲਕੇ ਕੁੱਤੇ ਮੇਰੇ ਮਗਰ ਪਾਏ ਸੀ ਮੈਂ ਇਹਨੂੰ ਨਿੱਟਾ ਮਾਰੀਆਂ ਮੈਂ ਕਹਿੰਦਾ ਇਹਦਾ ਮੈਨੂੰ ਨੁਕਸਾਨ ਇਹ ਹੋਇਆ ਵੀ ਬਹੁਤ ਸਾਰੇ ਬੰਦਿਆਂ ਨੂੰ ਮੇਰੇ ਨਾਲ ਵਿਚਾਰ ਚਰਚਾ ਕਰਨ ਤੋਂ ਮੈਨੂੰ ਸੁਣਨ ਤੋਂ ਇੱਕ ਮੌਕਾ ਮਿਲ ਗਿਆ ਉਹ ਮੌਲੀ ਤਾਂ ਯਾਰ ਗਾਲਾਂ ਕੱਢਦਾ ਮਾਲੀ ਤਾਂ ਗਾਲਾਂ ਕੱਢਦਾ ਗਲਤ ਗੱਲ ਆ ਹਮੇਸ਼ਾ ਗਲਤ ਗੱਲ ਆ ਚਾਹੇ ਗਲਤੀ ਦੇ ਬਗਲੇ ਗਲਤ ਕੀਤੀ ਉਦੋਂ ਉਦੋਂ ਮੇਰੀ ਜ਼ਿੰਮੇਵਾਰੀ ਹੋਰ ਸੀ ਉਦੋਂ ਮੈਂ ਤਾਂ ਫਿਰ ਨੰਗੇ ਧੜ ਲੜ ਰਿਹਾ ਸੀ ਨਾ ਵੀ ਲੈ ਜੀ ਇੱਕ ਗੱਲ ਮੈਨੂੰ ਦੱਸਿਓ ਫਿਰ ਗਾਲਾਂ ਖਾਰਜ ਕਰ ਦੋ ਨਾ ਪੰਜਾਬ ਦੇ ਕਲਚਰ ਤੇ ਜੀ ਗਾਲ ਕੱਢੀ ਨਹੀਂ ਜਾ ਸਕਦੀ ਇੱਕ ਬੰਦੇ ਅੱਛਾ ਮੈਂ ਹੋਰ ਕਿਹਾ ਜਿਹੜੇ ਤੁਸੀਂ ਮੈਨੂੰ ਕਹਿੰਦੇ ਹੋ ਵੀ ਗਾਲਾਂ ਤੂੰ ਕੱਢਦਾ ਜਿਹੜੇ ਮੈਨੂੰ ਗਾਲਾਂ ਕੱਢਦੇ ਸੀ ਕਦੇ ਕਿਸੇ ਨੇ ਉਹਨਾਂ ਨੂੰ ਟੋਕਿਆ ਬਾਈ ਟੋਕ ਨਹੀਂ ਸਕਦੇ ਸੀ ਜਦੋਂ ਉਹਨੂੰ ਟੋਕਨੇ ਸੀ ਉਹਨਾਂ ਨੇ ਕਿਹਾ ਆ ਜਾ ਤੇਰੀ ਭੈਣ ਦੀ ਤੂੰ ਇਹਦਾ ਇਹ ਇਹ ਇੱਕ ਬੜਾ ਸੋਸ਼ਲ ਮੀਡੀਆ ਨੂੰ ਬਦਨਾਮ ਕੀਤਾ ਜਾ ਰਿਹਾ ਮਿਥਕੇ ਕੀਤਾ ਜਾ ਰਿਹਾ ਇਹ ਤਾਂ ਬਚਣ ਦੀ ਲੋੜ ਆ ਸਾਰਿਆਂ ਨੂੰ ਹੂੰ ਚਲੋ ਸਾਨੂੰ ਇਸ ਜਿਹੜਾ ਗਾਲਾਂ ਵਾਲਾ ਸੱਭਿਆਚਾਰ ਹੈਗਾ ਉਹ ਤੋਂ ਦੂਰ ਰਹਿਣ ਦੀ ਜ਼ਰੂਰਤ ਹੈਗੀ ਮਹਾਰਾਜ ਸਾਹਿਬ ਹਾਂ ਇੱਕ ਆਖਰੀ ਸਵਾਲ ਮੈਂ ਫੇਰ ਪਹਿਲਾ ਆਖਰੀ ਸਵਾਲ ਕੀਤਾ ਸੀ ਮੈਂ ਜਰੂਰ ਕਰਨਾ ਚਾਹੁੰਦਾ ਸਿੱਧੂ ਸਾਹਿਬ ਨੂੰ ਕਹੀ ਸਲਾਹ ਦੀ ਲੋੜ ਹੈਗੀ ਵਸੇ ਦੇਖੋ ਜੀ ਸਿਆਣੇ ਇਹ ਕਹਿੰਦੇ ਨੇ ਇੱਕ ਤਾਂ ਕਹਿੰਦੇ ਨੇ ਦੁੱਖ ਹੋਵੇ ਤਾਂ ਕੋਠੇ ਚੜ੍ਹ ਕੇ ਢੋਲ ਵਜਾਈਏ ਇੱਕ ਇਹ ਕਹਿੰਦੇ ਨੇ ਜੇ ਕਿਤੇ ਮੁਸ਼ਕਲ 'ਚ ਹੋਮੋ ਕੰਧ ਤੋਂ ਵੀ ਸਲਾਹ ਪੁੱਛ ਲੈਣੀ ਚਾਹੀਦੀ ਹੈ ਸਿੱਧੂ ਸਾਹਿਬ ਦਾ ਦੇਖੋ ਆਪਣਾ ਤਰੀਕਾ ਕਰਾ ਹੁਣ ਮਾਲੀ ਦਾ ਸਟਾਈਲ ਬੋਲਣ ਦਾ ਇੱਕ ਆ ਡਾਕਟਰ ਗਰਗ ਸਾਹਿਬ ਦਾ ਇੱਕ ਹੁਣ ਸਿੱਧੂ ਸਾਹਿਬ ਇੱਕ ਕਿਹੜੇ ਬੈਕਗ੍ਰਾਉਂਡ ਚ ਆਇਆ ਉਹਨਾਂ ਦਾ ਬੋਲਣ ਦਾ ਤਰੀਕਾ ਕਰ ਅੰਦਾਜ਼ ਹੋਰ ਵੱਖਰਾ ਉਹਤੇ ਇਤਰਾਜ਼ ਵੀ ਨਹੀਂ ਬਹੁਤ ਸਾਰੇ ਲੋਕਾਂ ਨੂੰ ਪਰ ਇੱਕ ਸਾਰ ਤਰੀਕਾ ਕਰ ਨਹੀਂ ਹੁੰਦਾ ਉਹਨਾਂ ਦਾ ਸਵਾਰ ਨਹੀਂ ਹੈ ਹਮ ਮੁਖ पे ਹਰ ਚਿੱਤ ਮੇਂ ਜੁਦਬ ਵਿਚਾਰੋ ਹੁਣ ਤੁਸੀਂ ਉਹਦੇ ਦਿਨ ਸੌ ਚ ਆਉਂਦਾ ਸੰਭਾਲਣ ਪ੍ਰੋਗਰਾਮ ਦੀ ਗੱਲ ਕਰਦੇ ਅਗਲਾ ਕਹਿੰਦਾ ਕਿ ਕੈਪਟਨ ਸਾਹਿਬ ਬਹੁਤ ਵਧੀਆ ਬੋਲੇ ਕੈਪਟਨ ਸਾਹਿਬ ਨੇ ਪੂਰਾ ਰਗੜਿਆ ਸਿੱਧੂ ਨੂੰ ਆਪਣੀ ਕਾਰਗੁਜ਼ਾਰੀ ਨੂੰ ਦੇਸ਼ ਚ ਨੰਬਰ 1 ਕੀਤਾ ਤੇ ਸਿੱਧੂ ਸਾਹਿਬ ਨੇ ਆਪਣੇ ਸਟਾਈਲ 'ਤੇ ਕਿਹਾ ਤਾਂ ਬੀਆ ਮੰਗਾ ਮਸਲੀ ਨੇ ਨਾ ਜਵਾਬ ਦਿਓ ਜਿਹੜੀ ਇੱਕ ਇੱਕ ਪ੍ਰਵਾਂਤ ਤਰਵੇਤਾ ਜੀਆਂ ਬਣ ਗਈਆਂ ਨਾ ਜੀ ਵੀ ਮੁੱਖ ਤੇ ਹਰ ਚਿੱਤ ਵਿੱਚ ਜੁੱਧ ਵਿਚਾਰੋ ਆਪਦੇ ਕੱਚ ਦੀਆਂ ਇਹ ਸਟਾਈਲ ਵੀ ਬਦਲਣੇ ਪੈਣਗੇ ਸਿੱਧੂ ਸਾਹਾਬ ਨੂੰ ਜਿਹੜੀ ਜ਼ਿੰਮੇਵਾਰੀ ਮਿਲੀ ਆ ਉਹਦੇ ਅਨਸਾਰ ਜੋ ਉਹਨਾਂ ਨੂੰ ਠੀਕ ਲੱਗੂ ਉਹ ਕਰਦੇ ਰਹਿਣਗੇ ਬਹੁਤ ਧੰਨਵਾਦ ਮਿਸਟਰ ਮਾਲੀ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਹਨ ਮਾਲਵਿੰਦਰ ਸਿੰਘ ਮਾਲੀ ਇਹਨਾਂ ਨੂੰ ਅਸੀਂ ਹਰ ਤਰ੍ਹਾਂ ਦਾ ਸਵਾਲ ਕੀਤਾ ਉਹ ਸਵਾਲ ਵੀ ਕੀਤੇ ਜਿਹੜੇ ਇਹਨਾਂ ਤੋਂ ਸਵਾਲ ਇਸ ਤੋਂ ਪਹਿਲਾਂ ਨਹੀਂ ਪੁੱਛੇ ਗਏ ਇਹ ਸਵਾਲ ਪੁੱਛਣੇ ਪੈਣਗੇ ਜੇ ਤੁਸੀਂ ਸਵਾਲ ਨਹੀਂ ਪੁੱਛੋਗੇ ਤੁਹਾਨੂੰ ਪਤਾ ਨਹੀਂ ਲੱਗੇਗਾ ਅਸਲ ਅਜੰਡਾ ਕਿੰਦਾ ਕੀ ਹੈਗਾ ਅਸੀਂ ਇਹ ਸਵਾਲ ਕੀਤਾ ਸੀ ਸਿੱਧੂ ਦੇ ਸਲਾਹ ਕਰ ਕਿਹੜਾ ਅਜੰਡਾ ਕਰ ਰਹੇ ਨੇ ਤਿਆਰ ਉਹ ਕਿਹੜਾ ਅਜੰਡਾ ਤਿਆਰ ਕਰਦੇ ਆ ਇਹ ਅਜੰਡਾ ਤੁਹਾਨੂੰ 2022 ਦੀਆਂ ਚੋਣਾਂ ਵਿੱਚ ਵੀ ਦਿਖੂਗਾ 2022 ਦੀਆਂ ਚੋਣਾਂ ਤੋਂ ਬਾਅਦ ਜੋ ਨਤੀਜੇ ਆਣਗੇ ਉਦੋਂ ਵੀ ਪਤਾ ਲੱਗੇਗਾ ਇਹਨਾਂ ਦੇ کردار ਵਿੱਚ ਕੋਈ ਫਰਕ ਪਿਆ ਗਿਆ ਕਿ ਨਹੀਂ ਪਿਆ ਗਿਆ ਨੇ ਉਸ ਸਿੱਧੂ ਜੋ ਕਹਿੰਦੇ ਆ ਉਹ ਕਰਦੇ ਆ ਕਿ ਨਹੀਂ ਕਰਦੇ ਇਹ ਸਾਰੇ ਸਵਾਲ ਹੋਣਗੇ ਲਾਜ਼ਮੀ ਜੇ ਸਵਾਲ ਅਸੀਂ ਨਹੀਂ ਪੁੱਛਾਂਗੇ ਸੰਵਾਦ ਨਹੀਂ ਹੋਵੇਗਾ ਫਿਰ ਸਾਨੂੰ ਪਤਾ ਨਹੀਂ ਲੱਗੇਗਾ ਸੱਚ ਕੀ ਤੇ ਜਦੋਂ ਏਜੰਡਾ ਪੰਚਾਬ ਹੋਵੇ ਤੇ ਉਸ ਪੰਚਾਬ ਦੇ ਵਿੱਚ ਏਜੰਡਾ ਕੋਈ ਹੋਰ ਤਿਆਰ ਕੀਤਾ ਜਾ ਹੋਵੇ ਤੇ ਫਿਰ ਇਹ ਸਵਾਲ ਕਰਨੇ ਲਾਸਟ ਵੀ ਆ ਤੇ ਸਵਾਲ ਉਹਨਾਂ ਨੂੰ ਵੀ ਹੋਣੇ ਚਾਹੀਤੇ ਆ ਜਿਹੜੇ ਇਸ ਏਜੰਡੇ ਦੀ مخالਫਤ ਕਰਦੇ ਆ ਇਸ ਏਜੰਡੇ ਦੇ ਨਾਲ ਨਹੀਂ ਖੜੇ ਜਿੰਦੇ ਵਿੱਚ ਪੰਚਾਬ ਫਿੱਟ ਬੈਠਦਾ ਤਾਂ ਸਵਾਲ ਉਹਨਾਂ ਨੂੰ ਕਦੋਂ ਹੋਣ ਕੇ ਸਵਾਲੇ ਵੀ ਹੈਗਾ ਤੇ ਜਿਹੜਾ ਸਵਾਲ ਇਹਨਾਂ ਨੇ ਮੀਡੀਆ ਤੇ ਖੜਾ ਕੀਤਾ ਉਹ ਮੀਡੀਆ ਵਾਲੇ ਆਪ ਵਿਚਾਰ ਲੈਣ ਇਹ ਮੇਰਾ ਵਿਚਾਰ ਹੈ ਜੇ ਤੁਸੀਂ ਨਹੀਂ ਵਿਚਾਰੋਗੇ ਤਾਂ ਫਿਰ ਤੁਸੀਂ ਕਿਹੜੇ ਏਜੰਡੇ ਤੇ ਕੰਮ ਕਰਦੇ ਪਿਓ ਤੁਹਾਡੇ ਤੇ ਵੀ ਸਵਾਲ ਉੱਠਣਗੇ ਬਹੁਤ ਧੰਨਵਾਦ